ਦੋਸਤੋ ਆਜ਼ਰ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਤੇਸ਼ ਲਖੀ ਅਨਪਲੱਗ ਉਤੇ ਅੱਜ ਦੀ ਵੀਡੀਓ ਰਿਪੋਰਟ ਵਿੱਚ ਮੈਂ ਵੀਕਐਂਡ ਦੇ ਮੌਕੇ ਤੇ ਗੱਲ ਕਰਾਂਗਾ ਕਸ਼ਮੀਰ ਫਾਈਲਸ ਉਸ ਫਿਲਮ ਬਾਰੇ ਜਿਸ ਨੇ ਕੀ ਇੱਕ ਬਹੁਤ ਹੀ ਜ਼ਬਰਦਸਤ ਕਾਮਯਾਬੀ ਬੀਤੇ 2 ਹਫ਼ਤਿਆਂ ਦੇ ਵਿੱਚ ਆਪਣੀ ਰਿਲੀਜ਼ ਤੋਂ ਬਾਅਦ ਜੋ ਕਿ 11 ਮਾਰਚ ਨੂੰ ਇਹ ਫਿਲਮ ਰਿਲੀਜ਼ ਹੁੰਦੀ ਹੈ ਤੇ ਤਕਰੀਬਨ 2 ਹਫ਼ਤੇ ਬੀਤਣ ਤੋਂ ਬਾਅਦ ਇਸ ਫਿਲਮ ਨੇ ਕਈ ਰਿਕਾਰਡ ਤੋੜਤੇ ਨੇ ਬਾਕਸ ਆਫਿਸ ਦੇ 2.500 ਕਰੋੜ ਦੇ ਆਸ-ਪਾਸ ਇਸ ਫਿਲਮ ਦੀ ਕਮਾਈ ਹੈ ਇਹ ਫਿਲਮ ਨੂੰ ਸ਼ੁਰੂਆਤੀ ਫੇਸ ਦੇ ਵਿੱਚ ਇਸ ਦੀ ਮਾਰਕੀਟਿੰਗ ਤੇ ਪਬਲਿਸਿਟੀ ਪੱਖੋਂ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਲੇਕਿਨ ਵਰਡ ਆਫ ਮਾਊਥ ਪਬਲਿਸਿਟੀ ਹੈ ਦੀ ਜ਼ਬਰਦਸਤ ਸੀ ਇਸ ਦਾ ਇੱਕ ਰਿਵਿਊ ਮੈਂ ਦੇਖਿਆ ਸੀ આજ ਤੋਂ 2 ਹਫ਼ਤੇ ਪਹਿਲਾਂ ਜਦੋਂ ਕਿ ਮੈਂ ਸਿਨੇਮਾ ਹਾਲ ਦੇ ਵਿੱਚ ਕੁਝ ਲੋਕਾਂ ਨੂੰ ਰੋਂਦਿਆਂ ਹੋਇਆਂ ਅੱਖਾਂ ਪੂੰਝਦਿਆਂ ਹੋਇਆਂ ਵਗੈਰਾ ਵੇਖਿਆ ਤੇ ਮਨ ਦੇ ਵਿੱਚ ਇੱਛਾ ਹੋਈ ਕਿ ਇਸ ਫਿਲਮ ਨੂੰ ਦੇਖਿਆ ਜ਼ਰੂਰ ਜਾਵੇ ਲੇਕਿਨ ਸਮਾਂ ਨਹੀਂ ਮਿਲ ਪਾਇਆ ਬੀਤੇ ਹਫ਼ਤੇ ਮੈਂ ਇਸ ਫਿਲਮ ਨੂੰ ਵੇਖਿਆ ਇਸ ਫਿਲਮ ਦੇ ਉੱਤੇ ਜਿਸ ਤਰੀਕੇ ਦਾ ਆਵਾਦ ਵਿਵਾਦ ਪੂਰੇ ਦੇਸ਼ ਭਾਰ ਦੇ ਵਿੱਚ ਭਾਰਤ ਦੇ ਵਿੱਚ ਚੱਲਦਾ ਪਿਆ ਤੇ ਸਾਡਾ ਇੰਟੈਲੀਜੈਂਸੀਆ ਯਾਨੀ ਕਿ ਬੁੱਧੀਜੀਵੀ ਕੇ ਲਈਏ ਜਾਂ ਉਹਨਾਂ ਨੂੰ ਬੁੱਧੂਜੀਵੀ ਵੀ ਕਹਿ ਲਿਏ ਉਹ ਇਸ ਸਿਨੇਮਾ ਦੇ ਉੱਤੇ ਦੁਫਾੜ ਹੋਏ ਹੋਏ ਨੇ ਯਾਨੀ ਕਿ ਦੋ ਵੱਖ-ਵੱਖ ਧੜਿਆਂ ਦੇ ਵਿੱਚ ਵੰਡੇ ਹੋਏ ਨੇ ਬਲਦੀ ਦੇ ਵਿੱਚ ਤੇਲ ਪਾਣ ਦਾ ਕੰਮ ਸਾਡੀ ਦੇਸ਼ ਦੀ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਵੀ ਕਰ ਰਹੇ ਨੇ ਉਹਨਾਂ ਦੀਆਂ ਕਈ ਸਰਕਾਰਾਂ ਨੇ ਇਸ ਫਿਲਮ ਨੂੰ ਟੈਕਸ ਤੋਂ ਮੁਕਤ ਕਰਤਾ ਹੈ ਟੈਕਸ ਫਰੀ ਹੋਣ ਦੇ ਕਾਰਨ ਉਹਨਾਂ ਵੱਲੋਂ ਇਸ ਫਿਲਮ ਤੇ ਇਸ ਦੇ ਨਿਰਮਾਤਾਵਾਂ ਨੂੰ ਇੱਕ ਵਿਸ਼ੇਸ਼ ਰਾਹਤ ਦਿੱਤੀ ਗਈ ਹੈ ਤੇ ਦੂਸਰਾ ਧਰਾੜਾ ਜੋ ਕਿ ਇਸ ਫਿਲਮ ਦੇ ਉੱਤੇ ਇਲਜ਼ਾਮ ਲਾ ਰਿਹਾ ਹੈ ਯਾਨੀ ਕਿ ਇਸ ਫਿਲਮ ਦਾ ਵੱਡਾ ਕ੍ਰਿਟਿਕ ਹੈ ਇਹ ਮੰਨਦਾ ਪਿਆ ਕਿ ਨਫ਼ਰਤ ਫੈਲਾਈ ਜਾ ਰਹੀ ਹੈ ਕਟ ਗਿਣਤੀ ਜਿਹੜੇ ਸਮੁਦਾਇ ਹੈਗੇ ਨੇ ਸਾਡੇ ਦੇਸ਼ ਦੇ ਵਿੱਚ ਖਾਸ ਕਰਕੇ ਮੁਸਲਿਮ ਭਾਈਚਾਰਾ ਉਸ ਦੇ ਪ੍ਰਤੀ ਇੱਕ ਨਫ਼ਰਤ ਫੈਲਾਉਣ ਵਾਲੀ ਫਿਲਮ ਹੈ ਜੰਮੂ ਕਸ਼ਮੀਰ ਦੀ ਜਿਹੜੀ ਤ੍ਰਾਸਦੀ ਹੈ ਜੋ ਕਿ ਬਿਲਕੁਲ ਇੱਕ ਤ੍ਰਾਸਦੀ ਰਹੀ ਹੈ ਉਸ ਦੇ ਵਿੱਚ ਕੋਈ ਦੋਰਾਮਾ ਨਹੀਂ ਤੱਥ ਤੱਥ ਹੁੰਦੇ ਨੇ ਉਹਨਾਂ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਲੇਕਿਨ ਇਸ ਤ੍ਰਾਸਦੀ ਨੂੰ ਇਸ ਤਰੀਕੇ ਨਾਲ ਹਿੰਸਕ ਤਰੀਕੇ ਨਾਲ ਇੱਕ ਵੱਖਰਾ ਸਰੂਪ ਦੇਣ ਦੀ ਕੋਸ਼ਿਸ਼ ਹੈ ਜਿਸ ਨਾਲ ਕੀ ਮੁਸਲਮਾਨਾਂ ਦੇ ਪ੍ਰਤੀ ਜਾਂ ਫਿਰ ਕਸ਼ਮੀਰੀਆਂ ਦੇ ਪ੍ਰਤੀ ਕਸ਼ਮੀਰਾ ਕਸ਼ਮੀਰ ਦੇ ਮੁਸਲਮਾਨਾਂ ਦੇ ਪ੍ਰਤੀ ਕੁੜੱਤਨ ਵਧੇਗੀ ਸੋ ਇਸ ਫਿਲਮ ਨੂੰ ਓਵਰਆਲ ਇੱਕ ਹੇਟ ਰੇਡ ਯਾਨੀ ਕਿ ਨਫ਼ਰਤ ਦੇ ਬੀਜ ਬੋਣ ਵਾਲੀ ਫਿਲਮ ਦੇ ਰੂਪ ਵਿੱਚ ਪੰਡਿਆ ਜਾ ਰਿਹਾ ਹੈ ਇੱਕ ਬਹੁਤ ਵੱਡੇ ਸੈਕਸ਼ਨ ਦੇ ਵਿੱਚ ਜਿਸ ਵਿੱਚ ਕੀ ਪਾਰਾਦਾਇਕ ਇੰਟੈਲੀਜੈਂਸੀ ਹੈ ਜੋ ਕਿ ਅਕਸਰ ਹੋਰ ਫਿਲਮਾਂ ਦੀ ਅਭਿਵਿਅਕਤੀ ਦੀ ਆਜ਼ਾਦੀ ਜਾਂ ਫਿਰ ਫਰੀडम ਆਫ ਐਕਸਪ੍ਰੈਸ਼ਨ ਦੀ ਬੜੀ ਹਮਾਇਤ ਕਰ ਰਿਹਾ ਹੁੰਦਾ ਹੈ ਇਸ ਫਿਲਮ ਦੇ ਕੇਸ ਦੇ ਵਿੱਚ ਇਸ ਫਿਲਮ ਦੇ ਨਿਰਦੇਸ਼ਕਾਂ ਫਿਲਮਕਾਰਾਂ ਦੀਆਂ ਪਿੱਛੇ ਦੇ ਮਕਸਦਾਂ ਉੱਤੇ ਉਹਨਾਂ ਦੇ ਮਨਸੂਬਿਆਂ ਉੱਤੇ ਕਈ ਸਵਾਲ ਖੜੇ ਕਰ ਰਹੇ ਹੈ। ਕਿਉਂਕਿ ਇਸ ਫਿਲਮ ਨੂੰ ਦੇਸ਼ ਭਰ ਦੇ ਵਿੱਚ ਇੱਕ ਜ਼ਬਰਦਸਤ ਹੰਗਾਰਾ ਸਮਰਥਨ ਮਿਲ ਰਿਹਾ ਹੈ ਤੇ ਭਾਜਪੀ ਤੇ ਸੱਤਾਧਾਰੀ ਪਾਰਟੀਆਂ ਇਸ ਨੂੰ ਸਪੋਰਟ ਕਰ ਰਹੀ ਹੈ। ਸੋ ਫਿਲਮ ਖਾਮ-ਖਾਮ ਬਦਨਾਮ ਹੋਈ ਜਾ ਰਹੀ ਹੈ ਜਦੋਂ ਕਿ ਫਿਲਮ ਦੇ ਵਿੱਚ ਐਡਾ ਕੁਝ ਮਾੜਾ ਨਹੀਂ ਹੈ। ਇਸ ਫਿਲਮ ਨੂੰ ਕਿਉਂਕਿ ਮੈਂ ਦੇਖਿਆ ਹੈ ਸੋ ਇਸ ਫਿਲਮ ਬਾਰੇ ਮੈਂ ਜਿਹੜੀ ਟਿੱਪਣੀ ਹੈ ਥੋੜੀ ਦਰ ਬਾਅਦ ਦੇ ਵਿੱਚ ਕਰਾਂਗਾ ਲੇਕਿਨ ਅੱਜ ਇਸ ਵੀਡੀਓ ਰਿਪੋਰਟ ਨੂੰ ਬਣਾਉਣ ਦਾ ਸਬਬ ਇਸ ਕਸ਼ਮੀਰ ਫਾਈਲਸ ਫਿਲਮ ਉੱਤੇ ਚਰਚਾ ਕਰਨਾ ਤਾਂ ਹੈ ਹੀ ਲੇਕਿਨ ਇਸ ਦਿਨਾਲ ਹੀ ਕਸ਼ਮੀਰ ਫਾਈਲਸ 2 ਬਣਨੀ ਚਾਹੀਦੀ ਹੈ। ਉਹ ਕਸ਼ਮੀਰ ਫਾਈਲਸ ਟੂ ਕੀ ਹੋਏਗੀ ਇਸ ਦੀ ਪੂਰੀ ਦੀ ਪੂਰੀ ਪਟਕਥਾ ਅੱਜ ਤੋਂ ਮੈਂ ਤਕਰੀਬਨ 5.5-6 ਮਹੀਨੇ ਪਹਿਲੇ ਆਪਣੇ ਇਸੀ ਚੈਨਲ ਰਿਤੇਸ਼ ਲਖੀ ਅਨਪਲੱਗਡ ਉਤੇ ਥੋੜੀ ਨਜ਼ਰ ਸਾਡੇ ਉਹ ਈ ਵਿਊਅਰਸ ਜਾਂ ਸਬਸਕ੍ਰਾਈਬਰਸ ਜਿਨ੍ਹਾਂ ਨੇ ਉਹ ਰਿਪੋਰਟ ਦੇਖੀ ਤਕਰੀਬਨ 6.5-7000 ਉਸਦੇ ਵਿਊਜ਼ ਹੋਏ ਜ਼ਿਆਦਾ ਵਿਊਜ਼ ਨਹੀਂ ਲੈ ਪਾਈ ਉਹ ਰਿਪੋਰਟ ਲੇਕਿਨ ਕਸ਼ਮੀਰ ਦੇ ਵਿੱਚ ਚਾਹਤ ਤੁਹਾਨੂੰ ਯਾਦ ਹੋਏਗਾ ਤਕਰੀਬਨ 5.5 ਮਹੀਨੇ ਪਹਿਲਾਂ ਟਾਰਗੇਟਡ ਕਿਲਿੰਗਸ ਹੋਈਆਂ ਕੁਝ ਸਕੂਲ ਦੀਆਂ ਟੀਚਰਾਂ ਅਧਿਆਪਕਾਂ ਨੂੰ ਜੋ ਕਿ ਹਿੰਦੂ ਸਨ ਉਹਨਾਂ ਨੂੰ ਟਾਰਗੇਟ ਕਰਕੇ ਸਟ੍ਰੀਟ ਵੈਂਡਰਸ ਨੂੰ ਮਾਰਿਆ ਗਿਆ ਉਸ ਮੌਕੇ ਤੇ ਮੈਂ ਇੱਕ ਮਾਈਨੋਰਟੀਜ਼ ਦੇ ਖਿਲਾਫ ਕਸ਼ਮੀਰ ਦੇ ਵਿੱਚ ਕਿਸ ਤਰੀਕੇ ਦੀ ਤਸ਼ੱਦਦ ਹੁੰਦੀ ਰਹੀ ਹੈ ਉਸ ਉੱਤੇ ਇੱਕ ਰਿਪੋਰਟ ਬਣਾਈ ਸੀ ਜੋ ਕਿ ਕਸ਼ਮੀਰ ਫਾਈਲਸ 2 ਬਣ ਸਕਦੀ ਹੈ ਸੋ ਮੇਰੀ ਜੋ 5 ਮਹੀਨੇ ਪਹਿਲਾਂ ਦੀ ਰਿਪੋਰਟ ਕਸ਼ਮੀਰ ਫਾਈਲਸ ਦੇ ਡਾਇਰੈਕਟਰ ਵਿਵੇਕ ਅਗਨੀ ਹੋਤਰੀ ਦੇਖ ਲਨ ਤਾਂ ਉਹ ਸ਼ਾਇਦ ਕਸ਼ਮੀਰ ਫਾਈਲਸ ਟੂ ਬਣਾਉਣ ਤੇ ਕਸ਼ਮੀਰ ਫਾਈਲਸ 2 ਬਣੇਗੀ ਇੱਕ ਬਹੁਤ ਹੀ ਵਕਰੇ ਪਰਸਪੈਕਟਿਵ ਦੇ ਵਿੱਚ ਜਿਸ ਦੀ ਮੈਂ ਗੱਲ ਅੱਜ ਇਸ ਰਿਪੋਰਟ ਵਿੱਚ ਕਰਾਂਗਾ ਸੋ ਮੈਂ ਪੂਰੀ ਦੀ ਪੂਰੀ ਪਟਕਟਾ ਉਸ ਦੀ ਪੂਰੀ ਦੀ ਪੂਰੀ ਕਹਾਣੀ ਅੱਜ ਤੁਹਾਨੂੰ ਦੇ ਦਾਂਗਾ ਤੇ ਮੈਂ ਦੇ ਚੁੱਕਿਆ ਹਾਂ ਕਿਉਂਕਿ ਇਹਨਾਂ ਘਟਨਾਵਾਂ ਨੂੰ ਬੀਤੇ 5 ਮਹੀਨਿਆਂ ਵਿੱਚ ਸਾਢੇ 5 ਮਹੀਨਿਆਂ ਵਿੱਚ ਦੋ ਵਾਰ ਮੈਂ ਤੁਹਾਡੀ ਨਜ਼ਰ ਕਰ ਰਹੇ ਹਾਂ ਜਦੋਂ ਕਿ ਜ਼ਿਆਦਾਤਰ ਲੋਕਾਂ ਦੀ ਦੇ ਜ਼ਿਹਨ ਚ ਉਹਨਾਂ ਦੀ ਯਾਦਦਾਸ਼ਤ ਦੇ ਵਿੱਚ ਉਹ ਘਟਨਾ ਗਾਇਬ ਹੋ ਗਈ ਸੀ ਸੋ ਕਸ਼ਮੀਰ ਫਾਈਲਸ 2 ਕੀ ਹੋਏਗੀ ਇਸ ਦੀ ਗੱਲਬਾਤ ਥੋੜੀ ਦੇਰ ਬਾਅਦ ਲੇਕਿਨ ਉਸ ਤੋਂ ਪਹਿਲਾਂ ਥੋੜੀ ਜਿਹੀ ਜਿਹੜੀ ਨੌਨਸੈਂਸ ਚੱਲ ਤੇ ਇਸ ਨੂੰ ਲੈ ਕੇ ਜਿਹੜੇ ਵਾਦ ਵਿਵਾਦ ਖੜੇ ਕੀਤੇ ਨੇ ਤੇ ਕੁਝ ਸਾਡੇ ਲੀਡਰਾਂ ਵੱਲੋਂ ਬਹੁਤ ਹੀ ਬਚਕਾਨਾ ਜਿਹੜੇ ਬਿਆਨ ਦਿੱਤੇ ਗਏ ਨੇ ਇਹ ਗੱਲ ਬᱟ ਠੀਕ ਹੈ ਤੇ ਇਸ ਦੇ ਵਿੱਚ ਕੋਈ ਵੀ ਦੋਰਾਵਾ ਨਹੀਂ ਕਿ ਜਦੋਂ ਵੀ ਭਾਰਤੀ ਜਨਤਾ ਪਾਰਟੀ ਜਾਂ ਫਿਰ ਇਸ ਦੇਸ਼ ਦੇ ਵਿੱਚ ਬਹੁ ਗਿਣਤੀ ਹਿੰਦੂ ਜਿਹੜੀ ਲੀਡਰਸ਼ਿਪ ਹੈ ਉਹ ਕਿਸੇ ਵੀ ਫਿਲਮ ਦੇ ਨਾਲ ਆਪਣੇ ਆਪ ਨੂੰ ਐਜ਼ ਅ ਕਾਸ ਜੋੜ ਕੇ ਦੇਖਦੀ ਹੈ ਜਾਂ ਜੁੜ ਜਾਂਦੀ ਹੈ ਫਿਰ ਉਸ ਫਿਲਮ ਦਾ ਪ੍ਰਚਾਰ ਵਰਡ ਆਫ ਮਾਊਥ ਪਬਲਿਸਿਟੀ ਦੇ ذریعے ਜਦੋਂ ਜ਼ੋਰ ਸ਼ੋਰ ਦੇ ਨਾਲ ਉਸ ਨੂੰ ਲੈ ਕੇ ਢੋਲ ਵਜਾਏ ਜਾਣੇ ਸ਼ੁਰੂ ਕੀਤੇ ਜਾਂਦੇ ਨੇ ਸਰਕਾਰਾਂ ਵੱਲੋਂ ਉਸ ਨੂੰ ਟੈਕਸ ਮੁਕਤ ਕੀਤਾ ਜਾਂਦਾ ਹੈ ਤੇ ਉਸ ਨੂੰ ਐਂਡੋਰਸ ਕੀਤਾ ਜਾਂਦਾ ਹੈ ਸਿਰਫ ਇਸ ਇਰਾਦੇ ਦੇ ਨਾਲ ਕਿ ਇਸ ਦੇ ਵਿੱਚ ਦੇਸ਼ ਦੇ ਵਿੱਚ ਬਹੁ ਗਿਣਤੀ ਹਿੰਦੂਆਂ ਅਤੇ ਕਸ਼ਮੀਰ ਦੇ ਵਿੱਚ ਘੱਟ ਗਿਣਤੀ ਹਿੰਦੂਆਂ ਦੇ ਉੱਤੇ ਜਿਹੜੀ ਕਸ਼ਮੀਰੀ ਪੰਡਤਾਂ ਦੇ ਉੱਤੇ ਜਿਹੜੀ ਤਸ਼ੱਦਦ ਹੋਈ ਉਸ ਨੂੰ ਨਿਖਾਰ ਕੇ ਫਿਲਮ ਵਿੱਚ ਦਰਸਾਇਆ ਗਿਆ ਹੈ ਇਹ ਇੱਕ ਕੋਜੀ ਮਾਨਸਿਕਤਾ ਹੈ ਤੇ ਸਾਡੀ ਪੋਲਿਟੀਕਲ ਪਾਰਟੀਆਂ ਪੋਲਿਟੀਕਲ ਲੀਡਰ ਤੇ ਸਾਡੇ ਉਹ ਲੋਕ ਜੋ ਕਿ ਅੱਜ ਇਸ ਬਾਦ ਵਿਵਾਦ ਦੇ ਵਿੱਚ ਉਲਝ ਕੇ ਆਪਣਾ ਤੇ ਹੋਰ ਲੋਕਾਂ ਦਾ ਟਾਈਮ ਵੇਸ ਕਰ ਰਹੇ ਨੇ ਉਹ ਇਸ ਚੀਜ਼ ਲਈ ਮਸ਼ਹੂਰ ਹੋਏ ਨੇ ਸੋ ਇਹ ਫੈਕਟ ਹੈ ਕਿ ਕਸ਼ਮੀਰ ਫਾਇਜ਼ ਨੂੰ ਜਿਹੜੀ ਥੋੜੀ-ਬਹੁਤ ਬਦਨਾਮੀ ਮਿਲ ਰਹੀ ਹੈ ਉਸ ਦੇ ਪਿੱਛੇ ਉਹਨਾਂ ਪਾਰਟੀਆਂ ਦਾ ਹੱਥ ਹੈ ਜੋ ਕਿ ਇਸ ਫਿਲਮ ਦੇ ਵਿੱਚ اپنی ਉਸ politix ਦੇ ਕੁਝ ਅਜਿਹੇ nuances ਨੂੰ ਲੱਭਦੇ ਪਏ ਨੇ ਜਿਨ੍ਹਾਂ ਦੇ ذریعے ਉਹ ਦੁਨੀਆ ਭਰ ਦੇ ਵਿੱਚ ਇਹ ਵੀ ਸੁਨੇਹਾ ਦੇ ਸਕਣ ਕਿ ਭਾਰਤ ਦੇ ਵਿੱਚ ਦਾ ਬਹੁਗਿਣਤੀ ਹਿੰਦੂਆਂ ਉੱਤੇ ਵੀ ਤਸ਼ੱਦਦ ਹੁੰਦੀ ਰਹੀ ਹੈ ਜਾਂ ਫਿਰ ਕਿਸੇ ਵਿਸ਼ੇਸ਼ ਪਾਰਟੀਆਂ ਦੀਆਂ ਸਰਕਾਰਾਂ ਜੋ ਕਸ਼ਮੀਰ ਵਿੱਚ ਰਹੀਆਂ ਉਹਨਾਂ ਦੀ ਅਣਗਹਿਲੀ ਕਰਦੇ ਇਹ ਸਭ ਕੁਝ ਹੋਇਆ ਇੱਕ ਵੱਖਰੀ politix ਹੈ ਇਸ ਦੀ ਗੱਲ ਬਾਅਦ ਵਿੱਚ ਕਰਾਂਗੇ ਲੇਕਿਨ ਜਿਹੜੇ ਲੋਕ ਇਸ ਨੂੰ ਭੰਡ ਦੇ ਪਏ ਨੇ ਉਸ ਦਾ ਕੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਇੱਕ ਸਟੇਟਮੈਂਟ ਸੁਣੀ ਸੀ ਕੁਝ ਦਿਨ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਹੁਣ ਜੀ Uh, 1984 ਦੇ ਸਿੱਖ ਕਤਲੇਆਮ ਉੱਤੇ ਫਿਲਮ ਬਣਨੀ ਚਾਹੀਦੀ ਹੈ ਬਹੁਤ ਚੰਗਾ ਸੁਝਾਅ ਹੈ ਬਿਲਕੁਲ ਬਣਨੀ ਚਾਹੀਦੀ ਹੈ ਕੁਝ ਫਿਲਮਾਂ ਬਣੀਆਂ ਉਹ ਫਿਲਮਾਂ ਤਕਨੀਕੀ सिनेਮੈਟਿਕ ਪੱਖੋਂ ਅੱਡੀਆਂ ਵਧੀਆਂ ਨਹੀਂ ਸਾਬਤ ਹੋ ਪਈਆਂ ਇੱਕ ਵੱਖਰਾ ਵਿਚ ਉਹ ਲੇਕਿਨ 1984 ਦੇ ਕਈ ਅਲੱਗ ਜਿਹੜੇ ਘਟਨਾਕਰਮ ਰਹੇ ਉਹਨਾਂ ਦੇ ਉੱਤੇ ਇੱਕ ਬਹੁਤ ਹੀ ਚੰਗੀ ਫਿਲਮ ਜਿਹੜੀ 1984 ਉੱਤੇ ਦਲਜੀਤ ਦਸਾਂਝ ਉਹਨਾਂ ਦੀ ਬਣੀ 1984 ਦੇ ਉਸ ਕਾਲੇ ਦੌਰ ਦੀ ਤਰਾਸਦੀ ਨੂੰ ਬਹੁਤ ਵੀ ਇਸ ਫਿਲਮ ਨੇ ਬਿਆਨ ਵੀ ਕੀਤਾ ਆਜੇ ਬੰਜਿੰਦਰ ਸਿੱਸਾ ਕਹਿ ਰਹੇ ਨੇ ਕਿ 1984 ਦੇ ਸਿੱਖ ਕਤਲੇਆਮ ਤੇ ਫਿਲਮ ਬਣਨੀ ਚਾਹੀਦੀ ਹੈ ਬਿਲਕੁਲ ਉਹਨਾਂ ਦਾ ਇਕ ਚੰਗਾ ਸੁਝਾਅ ਹੈ ਤੇ ਸਾਡੇ ਫਿਲਮਕਾਰਾਂ ਨੂੰ ਤੇ ਜਿਹੜੇ ਨਿਰਦੇਸ਼ਕ ਹੈਗੇ ਨੇ ਉਹਨਾਂ ਨੂੰ ਇਸ ਉੱਤੇ ਤਵੱਜੂ ਦੇਣੀ ਚਾਹੀਦੀ ਹੈ ਸਾਡੇ ਤਾਂ ਦੁਨੀਆ ਭਰ ਦੇ ਵਿੱਚ ਬਹੁਤ ਵੱਡਾ ਇੱਕ ਡਾਇਸਪੋਰਾ ਹੈ ਪੰਜਾਬੀਆਂ ਦਾ ਸਿੱਖਾਂ ਦਾ ਜੋ ਕਿ ਇਸ ਤਰੀਕੇ ਦੀ ਕਿਸੇ ਵੀ ਚੰਗੇ ਡਾਇਰੈਕਟਰ ਵੱਲੋਂ ਬਣਾਈ ਜਾ ਰਹੀ ਫਿਲਮ ਉਸ ਨੂੰ ਫੰਡ ਕਰ ਸਕਦਾ ਹੈ ਉਸ ਨੂੰ ਕਰਨਾ ਚਾਹੀਦਾ ਹੈ ਬਾਅਦ ਦੇ ਵਿੱਚ ਸਰਕਾਰਾਂ ਇਸ ਨੂੰ ਵੀ ਟੈਕਸ ਮੁਕਤ ਕਰਨ ਇਹ ਹੀ ਆਸ ਕੀਤੀ ਜਾਣੀ ਚਾਹੀਦੀ ਹੈ ਲੇਕਿਨ ਜੋ ਕੇਜਰੀਵਾਲ ਨੇ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਬਿਆਨ ਦਿੱਤਾ ਅਰਵਿੰਦ ਕੇਜਰੀਵਾਲ ਮੈਨੂੰ ਉਸ ਉੱਤੇ ਥੋੜੀ ਹੈਰਾਨੀ ਜ਼ਰੂਰ ਹੋਈ ਕਿਉਂਕਿ ਮੈਂ ਇਸ ਨੂੰ ਬਹੁਤ ਹੀ ਇੱਕ ਛੋਹਰਾ ਬਿਆਨ ਮੰਨਦਾ ਹੈ ਅਰਵਿੰਦ ਕੇਜਰੀਵਾਲ ਦਿੱਲੀ ਦੇ ਇੱਕ ਬਹੁਤ ਹੀ ਚੰਗੇ ਲੀਡਰ ਹੈਗੇ ਨੇ ਮੁੱਖ ਮੰਤਰੀ ਉਹ ਕਈ ਵਾਰ ਚੁਣੇ ਜਾ ਚੁੱਕੇ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਪਾਰਟੀ ਜਿੱਤੀ ਹੈ ਲੇਕਿਨ ਵਿਧਾਨ ਸਭਾ ਦੇ ਵਿੱਚ ਖੜ ਕੇ ਜਦੋਂ ਉਹਨਾਂ ਵੱਲੋਂ ਇਸ ਕਸ਼ਮੀਰ ਫਾਈਲ ਫਿਲਮ ਦੇ ਸੰਦਰਭ ਵਿੱਚ ਇਹ ਹਲਕਾ ਬਿਆਨ ਦਿੱਤਾ ਜਾਂਦਾ ਕਿ ਤੁਸੀਂ ਫਿਲਮ ਨੂੰ ਟੈਕਸਟ ਦੇ ਵਿੱਚ ਛੋਟ ਦੇਣ ਦੀ ਬਜਾਏ YouTube ਉੱਤੇ ਪਾ ਦਿਓ ਤੇ ਫ੍ਰੀ ਹੀ ਫ੍ਰੀ ਹੋ ਜਾਏਗੀ ਫਿਲਮ ਇੱਕ ਬਹੁਤ ਹੀ ਕਟਿਆ ਕਿਸਮ ਦਾ ਮੈਂ ਇਸ ਨੂੰ ਬਿਆਨ ਇਸ ਵਾਸਤੇ ਮੰਨਦਾ ਕਿਉਂਕਿ ਮੈਨੂੰ ਲੱਗਦਾ ਵੀ ਅਰਵਿੰਦ ਕੇਜਰੀਵਾਲ ਜੋ ਕਿ ਖੁਦ ਕਹਿੰਦੇ ਰਹੇ ਨੇ ਕਿ ਮੁੱਖ ਮੰਤਰੀ ਬਨਣ ਜਾਂ ਫਿਰ ਪੋਲਿਟਿਕਸ ਦੇ ਪਬਲਿਕ ਮੂਵਮੈਂਟ ਦੇ ਵਿੱਚ ਆਉਣ ਤੋਂ ਪਹਿਲਾਂ ਉਹ ਅਨਿਲ ਕਪੂਰ ਦੀ ਨਾਇਕ ਵਰਗੀਆਂ ਫਿਲਮਾਂ ਦੇਖ ਕੇ ਉਹਨਾਂ ਤੋਂ ਪ੍ਰੇਰਿਤ ਹੁੰਦੇ ਰਹੇ ਪ੍ਰੇਰਨਾਮਾ ਲੈਂਦੇ ਰਹੇ ਸੋ ਜਿਹੜਾ ਇੱਕ ਅਜਿਹਾ ਕਿਰਦਾਰ ਕੈਰੈਕਟਰ ਤੇ ਲੀਡਰ ਖੁਦ ਬਾਲੀਵੁੱਡ ਦੀਆਂ ਫਿਲਮਾਂ ਤੋਂ ਪ੍ਰੇਰਣਾ ਲੈਣ ਦੀ ਗੱਲ ਕਰ ਸਕਦਾ ਹੈ ਉਹ ਇਸ ਚੀਜ਼ ਨੂੰ ਕਿਵੇਂ ਨਜ਼ਰ ਅੰਦਾਜ਼ ਕਰ ਸਕਦਾ ਹੈ ਕਿ ਇੱਕ ਫਿਲਮ ਦੇ ਬਣਾਉਣ ਪਿੱਛੇ ਜਿਹੜਾ ਖਰਚਾ ਹੁੰਦਾ ਜਿੱਦੀ ਮਿਹਨਤ ਕਿਸੇ ਵੀ ਟੀਮ ਨੂੰ ਉਸ ਦੇ ਡਾਇਰੈਕਟਰਾਂ ਨੂੰ ਉਸ ਦੇ ਜਿਹੜੇ ਕ੍ਰੀਏਟਿਵ ਲੋਕ ਹੈਗੇ ਉਹਨਾਂ ਨੂੰ ਕਰਨੀ ਪੈਂਦੀ ਹੈ ਉਸ ਨੂੰ ਤੁਸੀਂ YouTube ਤੇ ਪਾ ਕੇ ਮੁਫਤ ਦੇ ਵਿੱਚ ਲੋਕਾਂ ਦੇ ਵਿੱਚ ਵੰਡ ਦਿਓ ਥੋੜੀ ਜਿਹੀ ਮੈਥੇ ਗੱਲ ਤੋਂ ਥੋੜਾ ਜਿਹਾ ਪਟਕ ਰਹਿ ਕਿਉਂਕਿ ਮੇਰਾ ਵਿਸ਼ਾ ਥੋੜਾ ਹੋ ਰਿਹਾ ਹੈ ਲੇਕਿਨ ਮੈਂ ਅਰਵਿੰਦ ਕੇਜਰੀਵਾਲ ਦੀ ਇਸ ਗੱਲਬਾਤ ਨੂੰ ਐਵੇਂ ਛੱਡ ਨਹੀਂ ਸਕਦਾ ਅੱਜ ਇਸ YouTube ਚੈਨਲ ਤੇ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਮੈਂ ਇੱਕ ਵੀਡੀਓ ਪਾਇਆ ਸੀ ਜਿਸ ਵਿੱਚ ਕਿ ਮੈਂ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਅਸੀਂ ਵਿਦੇਸ਼ਾਂ ਵਿੱਚ ਜਾਣ ਤੋਂ ਰੋਕਾਂਗੇ ਜਦੋਂ ਉਹ ਆਪਣੇ ਵੱਖ-ਵੱਖ ਐਲਾਨ ਚੋਣਾਂ ਤੋਂ ਪਹਿਲਾਂ ਕਰ ਰਹੇ ਸਨ ਤੇ ਉਸ ਉਸ ਵੀਡੀਓ ਦੇ ਵਿੱਚ ਮੈਂ ਇੱਕ ਛੋਟਾ ਜਿਹਾ ਤਕਰੀਬਨ ਡੇਢ-ਦੋ ਮਿੰਟ ਦਾ ਵੀਡੀਓ ਅਰਵਿੰਦ ਕੇਜਰੀਵਾਲ ਦੇ ਉਸ ਪਬਲਿਕ ਮੈਸੇਜ ਜੋ ਕਿ ਇੱਕ ਪੋਲਿਟੀਕਲ ਮੈਸੇਜ ਵੀ ਸੀ ਇਸ਼ਤਿਹਾਰ ਦੀ ਸ਼ਕਲ ਦੇ ਵਿੱਚ ਸੀ ਉਸ ਦੀ ਵਰਤੋਂ ਕੀਤੀ ਉਸ ਦੇ ਪਿੱਛੇ ਜਿਹੜਾ ਮਿਊਜ਼ਿਕ ਲੱਗਾ ਹੋਇਆ ਸੀ ਉਸ ਉੱਤੇ ਕਾਪੀਰਾਈਟ ਦਾ ਨੋਟਿਸ ਮੈਨੂੰ ਮੇਰੇ ਚੈਨਲ ਤੇ ਆਇਆ ਕਿ ਤੁਸੀਂ ਇੱਕ ਹੌਕ ਆਈ ਨਾ ਦੀ ਇੱਕ ਕੰਪਨੀ ਵੱਲੋਂ ਜੋ ਕਿ ਇੱਕ ਥਰਡ ਪਾਰਟੀ ਹੈ ਜਿਸ ਨੂੰ ਕਿ ਆਮ ਆਦਮੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਤੇ ਵਿੱਚ ਪ੍ਰਚਾਰ ਜਾਂ ਪ੍ਰਸਾਰ ਲਈ ਵਰਤਿਆ ਹੋ ਸਕਦਾ ਹੈ ਉਸ ਨੂੰ ਉਸ ਦੀ ਸੀਮਾਵਾਂ ਲੈ ਰਹੇ ਹਾਂ ਸੋਸ਼ਲ ਮੀਡੀਆ ਉੱਤੇ ਇਸ ਮੀਲ ਪੱਥਰ ਨੂੰ ਅਚੀਵ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਰਿਕਾਰਡ ਤੋੜ ਹੁੰਜਾ ਫੇਰ ਜਿਹੜੀ ਜਿੱਤ ਹਾਸਲ ਕਰਨ ਵਾਲੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਪਾਰਟੀ ਇਹ ਦੋਵੇਂ ਲੀਡਰਾਂ ਨੇ ਆਪਣੀਆਂ ਫੋਟੋਆਂ ਖਿਚਵਾ ਕੇ ਆਪਣੇ 1 ਲੱਖ ਸਬਸਕ੍ਰਾਈਬਰ YouTube ਤੇ ਹੋਣ ਦੀ ਇੱਕ ਪੋਸਟਰ ਜਾਰੀ ਕੀਤਾ ਤਸਵੀਰ ਜਾਰੀ ਕੀਤੀ ਮੈਂ ਕਮੈਂਟ ਕਰਨਾ ਚਾਹ ਰਿਹਾ ਸੀ ਲੇਕਿਨ ਉਸ ਤੋਂ ਬਾਅਦ ਜਦੋਂ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਨੇ ਕਿ YouTube ਦੇ ਉੱਤੇ ਇਸ ਵੀਡੀਓ ਨੂੰ ਪਾਤਾ ਜਾਏ ਤੇ ਉਹ ਪੂਰੀ ਦੀ ਪੂਰੀ ਫਿਲਮ ਫ੍ਰੀ ਦੇ ਵਿੱਚ ਲੋਕ ਵੇਖ ਲਨ ਮੈਨੂੰ ਹੈਰਾਨੀ ਹੁੰਦੀ ਹੈ ਕਿ ਇੱਕ ਅਜਿਹੀ ਪਾਰਟੀ ਜੋ ਕਿ ਸਮਾਜ ਦੇ ਵਿੱਚ ਇੱਕ ਕ੍ਰਾਂਤੀ ਲਿਆਉਣ ਦੀ ਗੱਲ ਕਰਦੀ ਹੈ ਹੋਰਾਂ ਦੀ ਇੱਕ ਕਮਰਸ਼ੀਅਲ ਫਿਲਮ ਨੂੰ YouTube ਉੱਤੇ ਫ੍ਰੀ ਪਾਉਣ ਦੀ ਗੱਲ ਕਰਦੀ ਹੈ ਉਸ ਦੀ ਆਪਣੀ ਪਾਰਟੀ ਤੇ ਉਸ ਦੀ ਆਪਣੀ ਸੋਸ਼ਲ ਮੀਡੀਆ ਟੀਮਾਂ ਉਸ ਦੇ ਵੀਡੀਓਜ਼ ਦੇ ਉੱਤੇ ਕਾਪੀਰਾਈਟ ਸਟ੍ਰਾਈਕ ਚੈਨਲਾਂ ਨੂੰ ਭੇਜ ਰਹੇ ਨੇ ਖੈਰ ਮੈਂ ਤਾਂ ਉਹ ਜਿਹੜਾ ਅਰਵਿੰਦ ਕੇਜਰੀਵਾਲ ਆਪਣੇ ਮੁਖ ਤੋਂ ਜੋ ਕੁਝ ਵੀ ਕਹਿ ਰਹੇ ਸਨ ਉਸ ਨੂੰ ਐਡਿਟ ਕਰਤਾ ਵੀਡੀਓ YouTube ਤੇ ਜਾ ਕੇ ਕਿਉਂਕਿ ਮੈਨੂੰ ਕੋਈ ਕਾਪੀਰਾਈਟ ਸਟ੍ਰਾਈਕ ਲੈਣ ਦਾ ਸ਼ੌਂਕ ਨਹੀਂ ਸੀ ਲੇਕਿਨ ਮੈਨੂੰ ਹੈਰਾਨੀ ਸੀ ਇਸ ਪਾਰਟੀ ਤੇ ਉਸ ਦੀ ਸੋਸ਼ਲ ਮੀਡੀਆ ਟੀਮ ਦੀ ਸੋਚ ਉਤੇ ਤੇ ਅੱਜ ਜਦੋਂ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ YouTube ਦੇ ਉੱਤੇ ਫ੍ਰੀ ਫਿਲਮਾਂ ਪਾਉਣ ਦੀ ਗੱਲ ਅਰਵਿੰਦ ਕੇਜਰੀਵਾਲ ਕਰਦੇ ਨੇ ਉਹਨਾਂ ਨੂੰ ਥੋੜਾ ਜਿਹਾ ਸੋਚ ਲੈਣਾ ਚਾਹੀਦਾ ਕਿ ਤੁਸੀਂ ਜੋ ਕੁਝ ਕਰ ਰਹੇ ਹੋ ਤੇ ਜੋ ਕੁਝ ਤੁਸੀਂ ਲੋਕਾਂ ਨੂੰ ਪ੍ਰੀਚ ਕਰਦੇ ਪਏ ਹੋ ਉਸ ਦੇ ਵਿੱਚ ਇੱਕ ਜ਼ਮੀਨ ਅਸਮਾਨ ਦਾ ਅੰਤਰ ਹੈ ਤੇ ਕਸ਼ਮੀਰ ਫਾਈਲਜ਼ ਦੀ ਫਿਲਮ ਬਾਰੇ ਗੱਲ ਕਰ ਰਹੇ ਨੇ ਕਸ਼ਮੀਰ ਦੀ ਇੱਕ ਅਜੀਹੀ ਤਰਾਸਦੀ ਹੈ ਹੁਣ ਮੈਂ ਇਸ ਫਿਲਮ ਤੇ ਆਵਾਂਗਾ ਕਿਉਂਕਿ ਛੋਟੀਆਂ ਗੱਲਾਂ ਨੇ ਯੋ ਪੋਲਿਟਿਸ਼ੀਅਨਸ ਬੀਜੇਪੀ ਦੇ ਲੀਡਰ ਕੀ ਕਰਦੇ ਨੇ ਅਰਵਿੰਦ ਕੇਜਰੀਵਾਲ ਕੀ ਕਰਦੇ ਨੇ ਕਹਿੰਦੇ ਨੇ ਜਾਂ ਫਿਰ ਮਨਜਿੰਦਰ ਸਿਰਸਾ ਸਾਹਿਬ ਨੇ ਕੀ ਜ਼ਿਕਰ ਕੀਤਾ ਆਪਾਂ ਉਹਨਾਂ ਫਿਲਮ ਧਿਆਨ ਹੈ ਹੁਣ ਵਾਪਸ ਆਨੇ ਫਿਲਮ ਕਸ਼ਮੀਰ ਫਾਈਲਜ਼ ਉੱਤੇ ਜਿਸ ਉੱਤੇ ਅੱਜ ਮੈਂ ਆਪਣੀ ਵਿਅਕਤੀਗਤ ਰਾਏ ਤੇ ਇਸ ਦਾ ਪਰਪਸ ਇਹ ਨਹੀਂ ਹੈ ਕਿ ਮੈਂ ਤੁਹਾਡੀ رائے ਬਣਾ ਸਕਾਂ ਬਲਕਿ ਕਸ਼ਮੀਰ ਫਾਈਲਸ 2 ਕਿਸ ਵਿਸ਼ੇ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ ਕਾਫੀ ਹੱਦ ਤੱਕ ਉਸ ਲਈ ਵੀ ਸਾਨੂੰ ਇੱਥੋਂ ਕੁਝ ਸੋਚਣ ਤੇ ਸਮਝਣ ਨੂੰ ਮਿਲੇਗਾ ਸੋ ਕਸ਼ਮੀਰ ਫਾਈਲਸ 2 ਮੇਰਾ ਵੱਡਾ ਪ੍ਰੋਜੈਕਟ ਹੋ ਸਕਦਾ ਹੈ ਤੇ ਜੇ ਤੁਹਾਡੇ ਜੋ ਕੁਝ ਤਨਾਰ ਸੱਜਣ ਹੋਣ ਤਾਂ ਜ਼ਰੂਰ ਫਾਈਨਾਂਸ ਕਰਨ ਇਸ ਕਿਸਮ ਦੇ ਪ੍ਰੋਜੈਕਟ ਨੂੰ ਆਪਾਂ ਮਿਲ ਕੇ ਵੀ ਫਿਲਮ ਬਣਾਵਾਂਗੇ ਕਸ਼ਮੀਰ ਫਾਈਲਸ 2 ਹੀ ਬਣਾਵਾਂਗੇ ਸੰਦਰ ਮੈਂ ਤੁਹਾਨੂੰ ਬਾਅਦ ਦੱਸਾਂਗਾ ਸੋ ਕਸ਼ਮੀਰ ਫਾਈਲਸ ਦੀ ਗੱਲ ਕਰਦੇ ਆਂ ਆਪਾਂ ਕਸ਼ਮੀਰ ਫਾਈਲਸ ਬਤੌਰ ਇੱਕ ਸਿਨੇਮਾ ਇੱਕ ਚੰਗੀ ਫਿਲਮ ਹੈ ਇੱਕ ਬਹੁਤ ਹੀ ਸੈਂਸਿਟਿਵ ਤੇ ਨਾਜ਼ੁਕ ਸਬਜੈਕਟ ਨੂੰ ਚੁੱਕਦੀ ਹੈ ਤੇ ਇੱਕ ਅਜਿਹੇ ਸਮਾਜ ਇੱਕ ਅਜਿਹੇ ਸਮੁਦਾਇ ਕਸ਼ਮੀਰੀ ਪੰਡਤਾਂ ਦੀ ਇੱਕ ਅਜੇਹੀ ਦਰਦਪਰੀ ਕਹਾਣੀ ਨੂੰ ਉਸਨੇ ਇੱਕ ਵੱਡੇ ਪਰਦੇ ਤੇ ਨਿਖਾਰ ਕੇ ਲਿਆਂਦਾ ਹੈ ਜਿਸ ਦੀ ਕਿ ਬਹੁਤ ਜ਼ਿਆਦਾ ਲੋੜ ਸੀ ਐਨੇ ਸਾਲਾਂ ਦੇ ਦਹਾਕਿਆਂ ਦੇ ਵਿੱਚ ਕਹਾਣੀ ਨਹੀਂ ਦੱਸੀ ਗਈ ਸੋ ਕਿਸੇ ਨਿਰਮਾਤਾ ਤੇ ਨਿਰਦੇਸ਼ਕ ਨੇ ਇਹ ਹਿੰਮਤ ਵੀ ਕੀਤੀ ਹਿੰਮਤ ਘੱਟ ਲੇਕਿਨ ਉਸਨੇ ਜਿਸ ਤਰੀਕੇ ਨਾਲ ਇਸ ਫਿਲਮ ਨੂੰ ਬਤੌਰ ਇੱਕ ਕਨਸੈਪਟ ਇੰਟੈਲੈਕਚੁਅਲੀ ਹੈਂਡਲ ਕੀਤਾ ਉਹ ਬਹੁਤ ਹੀ ਸ਼ਲਾਘਾਯੋਗ ਤੇ ਕਾਬਿਲ ਤਾਰੀਫ ਕੋਸ਼ਿਸ਼ ਮੰਨੀ ਜਾ ਸਕਦੀ ਹੈ ਇਸ ਫਿਲਮ ਦੇ ਵਿੱਚ ਇੱਕ ਨਾਜ਼ੁਕ ਸਬਜੈਕਟ ਨੂੰ ਇੱਕ ਨੌਜਵਾਨ ਜੋ ਕਿ ਇਸ ਫਿਲਮ ਦਾ ਸੈਂਟਰਲ ਕੈਰੇਕਟਰ ਹੈ ਉਸ ਦੀ ਬ੍ਰੇਨ ਵਾਸ਼ਿੰਗ ਦੀ ਪੂਰੀ ਦੀ ਪੂਰੀ ਪ੍ਰਕਿਰਿਆ ਉਹੀ ਬ੍ਰੇਨ ਵਾਸ਼ਿੰਗ ਜੋ ਕਿ ਸਾਡੀਆਂ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ ਸਾਡਾ ਇੰਟੈਲੀਜੈਂਸੀਆ ਬੁੱਧੀਜੀਵੀ ਜਾਂ ਬੁੱਧੂਜੀਵੀ ਜਿਨ੍ਹਾਂ ਨੂੰ ਮੈਂ ਕਹਿੰਨਾ ਹੈ ਉਹ ਕਰਦੇ ਨੇ ਕਿਸ ਤਰੀਕੇ ਨਾਲ ਉਹ ਬ੍ਰੇਨ ਵਾਸ਼ਿੰਗ ਹੋ ਰਹੀ ਹੁੰਦੀ ਹੈ ਜਿਵੇਂ ਰਿਸਰਚ ਦੇ ਵਿੱਚ ਹਮੇਸ਼ਾ ਇੱਕ ਹਾਈਪੋਥੈਸਿਸ ਲਿਆ ਜਾਂਦਾ ਹੈ ਯਾਨੀ ਕਿ ਆਪਾਂ ਕਿਸੇ ਚੀਜ਼ ਨੂੰ ਸਹੀ ਮੰਨ ਲੈਣੇ ਆ ਜਾਂ ਫਿਰ ਕਿਸੇ ਚੀਜ਼ ਨੂੰ ਗਲਤ ਮੰਨ ਲੈਣੇ ਆ ਉਸ ਤੋਂ ਬਾਅਦ ਪੂਰੀ ਦੀ ਪੂਰੀ ਰਿਸਰਚ ਕੀਤੀ ਜਾਂਦੀ ਹੈ ਤੇ ਅਖੀਰ ਦੇ ਵਿੱਚ ਜਾਂ ਤਾਂ ਉਸ ਹਾਈਪੋਥੈਸਿਸ ਯਾਨੀ ਕਿ ਕਿਸੇ ਸਹੀ ਮੰਨੀ ਗਈ ਚੀਜ਼ ਨੂੰ ਸਹੀ ਹੀ ਸਾਬਤ ਕਰਤਾ ਜਾਂਦਾ ਹੈ ਜਾਂ ਫਿਰ ਇੱਕ ਸਹੀ ਮੰਨੀ ਹੋਈ ਚੀਜ਼ ਨੂੰ ਗਲਤ ਸਾਬਤ ਕਰਤਾ ਜਾਂਦਾ ਇੱਕ ਰਿਸਰਚ ਦਾ ਬੇਸਿਕ ਕਨਸੈਪਟ ਹੈ ਸੋ ਇਸੇ ਤਰੀਕੇ ਨਾਲ ਇਹ ਫਿਲਮ ਵੀ ਇੱਕ ਰਿਸਰਚ ਵਾਂਗ ਹੈ ਜਿਸ ਵਿੱਚ ਕੀ ਹਾਈਪੋਥੈਸਿਸ ਕ੍ਰੀਏਟ ਕਰਤਾ ਜਾਂਦਾ ਇੱਕ ਨੈਰੇਟਿਵ ਬਿਲਡ ਕਰਤਾ ਜਾਂਦਾ ਤੇ ਉਸ ਨੂੰ ਹੀ ਪੂਰੀ ਫਿਲਮ ਦੇ ਵਿੱਚ ਘਟਨਾਵਾਂ ਦੇ ਜ਼ਰੀਏ ਸੀਕੁਐਂਸਿਸ ਦੇ ਜ਼ਰੀਏ ਭੰਡਿਆ ਜਾਂਦਾ ਹੈ ਤਰੀਕੇ ਦੇ ਨਾਲ ਉਸ ਨੂੰ ਅਖੀਰ ਦੇ ਵਿੱਚ ਜਾ ਕੇ ਜਿਸ ਨੂੰ ਕਹਿ ਸਕਦੇ ਆ ਵੀ ਤਰਾਸ਼ਾਈ ਕਰਤਾ ਜਾਂਦਾ ਉਸ ਨੂੰ ਪੂਰੇ ਦੇ ਪੂਰੇ ਨੈਰੇਟਿਵ ਨੂੰ ਤੋੜਤਾ ਜਾਂਦਾ ਸੋ ਆਪਣੇ ਆਪ ਦੇ ਵਿੱਚ ਇੱਕ ਵੈਲ ਰਿਸਰਚਡ ਫਿਲਮ ਹੈ ਤੇ ਉਸ ਨੇ ਇੱਕ ਬਹੁਤ ਹੀ ਸੈਂਸਿਟਿਵ ਸਬਜੈਕਟ ਨੂੰ ਬਹੁਤ ਹੀ ਇੰਟੈਲੈਕਚੁਅਲੀ ਮੈਂ ਕਾਹਗਾ ਬਹੁਤ ਹੀ ਦਿਮਾਗੀ ਤਰੀਕੇ ਨਾਲ ਹੈਂਡਲ ਕੀਤਾ ਤੇ ਅੱਜ ਦੀ ਤਰੀਕ ਦੇ ਵਿੱਚ ਸਾਡੇ ਸਿਨੇਮਾ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਇੰਟੈਲੀਜੈਂਸ ਹੈ ਉਸ ਦੀ ਬਹੁਤ ਵੱਡੀ ਕਾਟ ਹੈ ਹਾਂ ਫਿਲਮ ਦੇ ਵਿੱਚ ਕੁਝ ਨੁਕਸ ਨੇ ਜਿਵੇਂ ਵਾਇਲੈਂਸ ਥੋੜੀ ਜ਼ਰੂਰਤ ਨਾਲੋਂ ਜ਼ਿਆਦਾ ਦਿਖਾਈ ਗਈ ਹੈ ਕਈ ਬਹੁਤ ਹੀ ਗ੍ਰਾਫਿਕ ਚੀਜ਼ਾਂ ਨੇ ਜਿਨ੍ਹਾਂ ਨੂੰ ਕੀ ਦਿਖਾਏ ਬਗੈਰ ਵੀ ਬਹੁਤ ਹੀ ਸਟਰੋਂਗ ਮੈਸੇਜ ਭੇਜੇ ਜਾ ਸਕਦੇ ਸਨ ਸੋ ਮਹਿਲਾ ਨੂੰ ਆਰੇ ਦੇ ਉੱਤੇ ਚੀਰਿਆ ਜਾ ਰਿਹਾ ਹੈ ਲੋਕਾਂ ਨੂੰ ਜਿਹੜੋ ਜਦੋਂ ਮੈਸੇਜਰ ਕੀਤਾ ਜਾਂਦਾ ਹੈ ਉਹ ਜਿਹੜਾ ਮਾਸੈਕਰ ਹੈ ਜਿਸ ਵਿੱਚ ਕੀ ਕਸ਼ਮੀਰੀ ਪੰਡਤਾਂ ਨੂੰ ਇੱਕ ਇੱਕ ਕਰਕੇ ਉਹਨਾਂ ਦੇ ਮੱਥਿਆਂ ਤੇ ਗੋਲੀ ਮਾਰੀ ਜਾਂਦੀ ਹੈ ਜਿਸ ਤਰੀਕੇ ਨਾਲ ਗੋਲੀਆਂ ਵੱਜਦੀਆਂ ਮੱਥਿਆਂ ਤੇ ਦਿਖਾਈਆਂ ਜਾਂਦੀਆਂ ਨੇ ਇਸ ਤਰੀਕੇ ਦੀ ਗੱਲਬਾਤ ਦਿਖਾਣ ਦੀ ਸ਼ਾਇਦ ਲੋੜ ਨਹੀਂ ਸੀ ਲੇਕਿਨ ਚਲੋ ਡਾਇਰੈਕਟਰ ਦਾ ਆਪਣਾ ਅਧਿਕਾਰ ਹੁੰਦਾ ਹੈ ਉਸ ਦਾ ਇੱਕ ਆਪਣਾ ਕ੍ਰੀਏਟਿਵ ਐਕਸਪ੍ਰੈਸ਼ਨ ਹੈ ਉਸ ਨੂੰ ਜੋ ਲੱਗਿਆ ਉਸਨੇ ਵਿਖਾਇਆ ਲੇਕਿਨ ਉਹ ਚੀਜ਼ ਥੋੜੀ ਚੁਗਵੀ ਸੀ ਹਾਲਾਂਕਿ ਮੈਸੇਜ ਸੁਨੇਹਾ ਥੀਮ ਇਸ ਫਿਲਮ ਦਾ ਸਭ ਕੁਝ ਵਧੀਆ ਸੀ ਜਿਸ ਤਰੀਕੇ ਨਾਲ ਨੈਰੇਟਿਵ ਨੂੰ ਬਿਲਡ ਕੀਤਾ ਗਿਆ ਹਾਈਪੋਥੈਸਿਸ ਨੂੰ ਬਿਲਡ ਕਰਕੇ ਉਸ ਨੂੰ ਤਰਾਸ਼ਾਈ ਕੀਤਾ ਗਿਆ ਉਸ ਦੇ ਵਿੱਚ ਇੱਕ ਬਾਕਮਾਲ ਪੇਸ਼ਕਾਰੀ ਇਸ ਨੂੰ ਮੰਨਿਆ ਜਾ ਸਕਦਾ ਲੇਕਿਨ ਸਿਨੇਮੈਟਿਕ ਪੱਖੋਂ ਟੈਕਨੀਕਲ ਪੱਖੋਂ ਕੁਝ ਪੱਖੋਂ ਇਸ ਫਿਲਮ ਦੇ ਵਿੱਚ ਕਈ ਕਮੀਆਂ ਖਾਮੀਆਂ ਸਨ ਹਾਂ ਨਫਰਤ ਦੀ ਜਿੱਥੇ ਤੱਕ ਗੱਲ ਹੈ ਜਿਸ ਜਿੱਤਾ ਕੀ ਮੁਢਲਾ ਇਲਜ਼ਾਮ ਇਸ ਫਿਲਮ ਉੱਤੇ ਲੱਗਦਾ ਹੈ ਉਹ ਨਫਰਤ ਦੀ ਗੱਲਬਾਤ ਮੈਂ ਨਹੀਂ ਮੰਨਦਾ ਕਿਉਂਕਿ ਬਹੁਤ ਸਈ ਅਜਿਹੀਆਂ ਫਿਲਮਾਂ ਪਹਿਲਾਂ ਵੀ ਬਣ ਚੁੱਕੀਆਂ ਨੇ ਮੈਨੂੰ ਯਾਦ ਹੈ ਕਿ ਜਦੋਂ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਫਿਲਮ ਆਈ ਸੀ ਓ ਐਮ ਜੀ ਓ ਮਾਈ ਗੋਡ ਅਕਸ਼ੇ ਕੁਮਾਰ ਸਟਾਰਰ ਫਿਲਮ ਸੀ ਉਸ ਦੇ ਨਾਲ ਹੀ ਅ आमिर ਖਾਨ ਦੀ ਇੱਕ ਸਟਾਰਰ ਫਿਲਮ ਆਈ ਸੀ ਪੀ ਕੇ ਇਹ ਦੋਵੇਂ ਫਿਲਮਾਂ Hindu ਰੀਤੀ ਰਿਵਾਜਾਂ ਰਿਚੁਅਲਿਜ਼ਮ ਨੂੰ ਜਾਂ ਉਹਨਾਂ ਪਖੰਡਾਂ ਨੂੰ ਭੰਡਣ ਵਾਲੀਆਂ ਫਿਲਮਾਂ ਸਨ ਜੋ ਕਿ ਇੱਕ ਬਹੁਤ ਹੀ ਸਟਰੋਂਗ ਮੈਸੇਜ ਲੈ ਕੇ ਆਈਆਂ ਸਨ ਤੇ ਉਹ ਮਾਈ ਗੋਡ ਤਾਂ ਇੱਕ ਅਜਿਹੀ ਫਿਲਮ ਸੀ ਜਿਸ ਨੂੰ ਦੇਖਣ ਤੋਂ ਪਹਿਲਾਂ ਹੀ ਮੈਂ ਉਸ ਉੱਤੇ ਇੱਕ ਡਿਬੇਟ ਕਰ ਚੁੱਕਾ ਸੀ ਕਿਉਂਕਿ Hindu ਜਥੇਬੰਦੀਆਂ ਨੇ ਉਸ ਦਾ ਵਿਰੋਧ ਸ਼ੁਰੂ ਕਰਤਾ ਸੀ ਸੋ ਇੱਕ ਪੈਨਲ ਡਿਸਕਸ਼ਨ ਅਸੀਂ ਕਰ ਬੈਠੇ ਉਸ ਪੈਨਲ ਡਿਸਕਸ਼ਨ ਦੇ ਵਿੱਚ ਅੱਧਾ ਪੌਣਾ ਘੰਟਾ ਅਸੀਂ ਅਭਿਵਿਅਕਤੀ ਦੀ ਆਜ਼ਾਦੀ ਵਰਸਸ ਜਿਹੜੀ ਧਾਰਮਿਕ ਸਾਡੀ ਸੈਂਸਿਬਿਲਿਟੀਜ਼ ਆ ਉਸ ਉੱਤੇ ਇੱਕ ਬਹੁਤ ਡਿਬੇਟ ਵੱਡੀ ਆਯੋਜਿਤ ਕੀਤੀ ਉਸ ਡਿਬੇਟ ਦੇ ਵਿੱਚ ਜਿਹੜੇ Hindu ਵਾਦੀ ਲੀਡਰ ਸੀ ਉਹ ਵੀ ਬਹੁਤ ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਰਹੇ ਲੇਕਿਨ ਪੂਰੀ ਡਿਬੇਟ ਤੋਂ ਬਾਅਦ ਜਿਹੜੀ ਮੇਰੀ ਆਪਣੀ ਧਾਰਨਾ ਬਣੀ ਉਸ ਫਿਲਮ ਬਾਰੇ ਉਹ ਜਦੋਂ ਮੈਂ ਫਿਲਮ ਵੇਖੀ ਉਹ ਬਿਲਕੁਲ ਹੀ ਉਲਟ ਸੀ ਤੇ ਮੈਨੂੰ ਲੱਗਾ ਕਿ ਉਸ ਡਿਬੇਟ ਦੇ ਵਿੱਚ ਮੈਂ ਬਹੁਤ ਹੀ ਕਮਜ਼ੋਰ ਸੀ ਤੇ ਬਹੁਤ ਹੀ ਘੱਟ ਤਿਆਰੀ ਦੇ ਨਾਲ ਬੈਠਾ ਸੀ ਕਿਉਂਕਿ ਫਿਲਮ ਦੇ ਨਾਲ ਮੈਂ ਬਿਲਕੁਲ ਇਤਿਫਾਕ ਰੱਖਦਾ ਸੀ ਤੇ ਓ ਮਾਈ ਗੋਡ ਫਿਲਮ ਜਿਸ ਨੂੰ ਕਿ ਅੱਜ ਵੀ ਤੁਸੀਂ ਵੇਖਿਆ ਜ਼ਰੂਰ ਹੋਏਗਾ ਅਕਸ਼ੇ ਕੁਮਾਰ ਤੇ ਪਰੇਸ਼ ਰਾਵਲ ਦੀ ਫਿਲਮ ਹੈ ਇੱਕ ਬਹੁਤ ਹੀ ਸੂਝ-ਬੂਝ ਦੇ ਨਾਲ ਇੱਕ ਬਹੁਤ ਹੀ ਸੈਂਸਿਟੀਵਿਟੀ ਦੇ ਨਾਲ ਜਿਸ ਤਰੀਕੇ ਨਾਲ ਰੀਤੀ ਰਿਵਾਜਾਂ ਤੇ ਪਖੰਡਾਂ ਨੂੰ ਉਸ ਫਿਲਮ ਨੇ ਪੰਡਿਆ ਹੈ ਉਸ ਦਾ ਕੋਈ ਵੀ ਸਾਨੀ ਜਾਂ ਉਸ ਦਾ ਕੋਈ ਵੀ ਮੁਕਾਬਲਾ ਅੱਜ ਦੀ ਤਰੀਕ ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਜਿਹੜੀ ਮਾਡਰਨ ਆਪਾਂ ਫਿਲਮਾਂ ਵੇਖਦੇ ਆ ਉਸ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਇਸ ਦੇ ਨਾਲ ਹੀ ਫਿਲਮ ਪੀਕੇ ਆਈ ਜੋ ਕਿ ਓਡੀ ਵਧੀਆ ਫਿਲਮ ਨਹੀਂ ਸੀ ਹਾਲਾਂਕਿ ਬਾਕਸ ਆਫਿਸ ਦੇ ਉੱਤੇ ਪੀਕੇ ਨੇ ਬਹੁਤ ਵੱਡੀ ਟੂਮ ਮਚਾਈ ਸੀ ਆਮਿਰ ਖਾਨ ਸਟਾਰ ਫਿਲਮ ਸੀ ਹਾਈਪ ਜ਼ਿਆਦਾ ਸੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਟਵੀਟ ਦੇ ਵਿੱਚ ਪੀਕੇ ਦੇ ਉੱਤੇ ਬਹੁਤ ਚੰਗੀ ਟਿੱਪਣੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਬਹੁਤ ਹੀ ਨਾਜ਼ੁਕ ਸਬਜੈਕਟ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਡੀਲ ਕੀਤਾ ਹੈ ਜਦੋਂ ਕਿ ਉਸ ਫਿਲਮ ਦੇ ਵਿੱਚ ਮੈਂ ਕਈ ਵਾਹੀਆਤ ਸੀਕੁਐਂਸਸ ਵੇਖੇ ਤੇ ਮੈਨੂੰ ਉਹ ਗੱਲਾਂ ਬਾਤਾਂ ਚੁਭੀਆਂ ਵੀ ਜੋ ਕਿ ਓ ਮਾਈ ਗੋਡ ਦੇ ਵਿੱਚ ਬਹੁਤ ਹੀ ਸਟਰੋਂਗਲੀ ਕੀਤੀਆਂ ਗਈਆਂ ਤੇ ਉਸ ਦੇ ਵਿੱਚ ਕੋਈ ਵੀ ਚੁਭਨ ਨਹੀਂ ਸੀ ਲੇਕਿਨ ਪੀਕੇ ਫਿਲਮ ਦੇ ਵਿੱਚ ਇੱਕ ਨਾਰਮਲ ਜਿਹੀ ਗੱਲਬਾਤ ਇੱਕ ਮੈਸੇਜ ਜੋ ਕਿ ਓ ਮਾਈ ਗੋਡ ਦੇ ਵਿੱਚ ਬਹੁਤ ਹੀ ਮਜ਼ਬੂਤੀ ਦੇ ਨਾਲ ਦਿੱਤਾ ਗਿਆ ਉਹ ਵੀ ਚੁਭ ਰਿਹਾ ਸੀ ਸੋ ਦੋਵਾਂ ਫਿਲਮਾਂ ਦੇ ਵਿੱਚ ਫਰਕ ਸੀ ਲੇਕਿਨ ਕਸ਼ਮੀਰ ਫਾਇਲਸ ਦੀ ਆਪਾਂ ਗੱਲ ਕਰੀਏ ਇਸ ਫਿਲਮ ਦੇ ਵਿੱਚ ਨਫ਼ਰਤ ਫੈਲਾਉਣ ਦੇ ਪੱਖੋਂ ਹੁਣ ਵੇਖਣ ਵਾਲੇ ਦੀ ਨਜ਼ਰ ਤੇ ਉਸ ਦੇ ਨਜ਼ਰੀਏ ਦੇ ਉੱਤੇ ਬਹੁਤ ਕੁਝ ਨਿਰਭਰ ਕਰਦਾ ਹੈ ਉਸ ਦੇ ਆਸ-ਪਾਸ ਲੋਕ ਕੀ ਫੀਡਿੰਗ ਕਰਦੇ ਪਏ ਨੇ ਕੀ ਬ੍ਰੇਨ ਵਾਸ਼ਿੰਗ ਕਰਦੇ ਪਏ ਨੇ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਲੇਕਿਨ ਫਿਲਮ ਜਦੋਂ ਕਸ਼ਮੀਰ ਫਾਇਲਸ ਤੁਸੀਂ ਵੇਖ ਕੇ ਨਿਕਲਦੇ ਹੋ ਤੁਹਾਨੂੰ ਇਹ ਤਾਂ ਸਮਝ ਆਉਂਦਾ ਹੈ ਕਿ ਫਿਲਮ ਦਾ ਜਿਹੜਾ ਮੇਨ ਕਿਰਦਾਰ ਹੈ ਉਸ ਦੀ ਬ੍ਰੇਨ ਵਾਸ਼ਿੰਗ ਪਹਿਲਾਂ ਹੋਈ ਹੋਈ ਸੀ ਜਿਸ ਤੇ ਮੋਲਡ ਚੋਂ ਉਸ ਨੂੰ ਬਾਹਰ ਕੱਢਿਆ ਗਿਆ ਲੇਕਿਨ ਇਹ ਵੀ ਸੰਸਾ ਤੁਹਾਡੇ ਮਨ ਦੇ ਵਿੱਚ ਬਾਕਾਇਦਾ ਰਹਿੰਦਾ ਹੈ ਕਿ ਕੀ ਇਹ ਤਾਂ ਨਹੀਂ ਸੰਭਵ ਕੀ ਤੁਸੀਂ ਨਿਮਾ ਹਾਲ ਦੇ ਵਿੱਚੋਂ ਨਿਕਲਦੇ ਸਮੇਂ ਤੁਹਾਡੀ ਆਪਣੀ ਬ੍ਰੇਨ ਵਾਸ਼ਿੰਗ ਹੋ ਚੁੱਕੀ ਹੋਵੇ ਜਾਂ ਹੋ ਗਈ ਹੋਵੇ ਸੋ ਜਦੋਂ ਇੱਕ ਡਾਇਰੈਕਟਰ ਜਾਂ ਇੱਕ 시ਨੇਮੈਟਿਕ ਜਿਹੜਾ ਆਰਟਿਸਟ ਹੈ ਉਹ ਇੱਕ ਫਿਲਮ ਨੂੰ ਐਡੇ ਇੱਕ ਗਹਿਰਾਈ ਦੇ ਨਾਲ ਬਣਾਉਂਦਾ ਹੈ ਜਿਸ ਦੇ ਵਿੱਚ ਕੀ ਤੁਹਾਨੂੰ ਸਮਝ ਨਹੀਂ ਆ ਰਿਹਾ ਹੁੰਦਾ ਵੀ ਕਿਹੜਾ ਨੈਰੇਟਿਵ ਸਹੀ ਹੈ ਤੇ ਕਿਹੜਾ ਨੈਰੇਟਿਵ ਗਲਤ ਹੈ ਸੋ ਜਦੋਂ ਇੱਕ ਫਿਲਮ ਦੇ ਨੂਐਂਸਸ ਐਡੇ ਗਹਿਰੇ ਹੋਣ ਉਸ ਦੇ ਵਿੱਚ ਜਿਹੜਾ ਪਲੋਟ ਹੋਵੇ ਉਹ ਐਡਾ ਇੰਟੈਂਸ ਹੋਵੇ ਜਿਸ ਦੇ ਵਿੱਚ ਕੀ ਵਿਰੋਧ ਵਾਲੀਆਂ ਆਵਾਜ਼ਾਂ ਨੂੰ ਵੀ ਇੱਕ ਬਹੁਤ ਹੀ ਮੁਖਰਤਾ ਦੇ ਨਾਲ ਪੂਰੀ ਦੀ ਪੂਰੀ ਫਿਲਮ ਦੇ ਵਿੱਚ ਦਿਖਾਇਆ ਗਿਆ ਹੋਵੇ ਸੋ ਜਿਹੜਾ ਵੀ ਬ੍ਰੇਨ ਵਾਸ਼ਡ ਐਲੀਮੈਂਟ ਹੈ ਚਾਹੇ ਉਹ ਫੈਨਸ ਦੇ ਇਸ ਪਾਸੇ ਹੋਵੇ ਜਾਂ ਤਾਰ ਦੇ ਉਸ ਪਾਸੇ ਉਹ ਆਪਣੇ ਆਪਣੇ ਪੁਆਇੰਟਸ ਉਸ ਫਿਲਮ ਦੇ ਵਿੱਚੋਂ ਲੱਭ ਹੀ ਲਏਗਾ ਉਸ ਦੇ ਵਿੱਚ ਜ਼ਰੂਰੀ ਨਹੀਂ ਕਿ ਯੂਨੀਫਾਈਡ ਮੈਸੇਜ ਆਵੇ ਸੋ ਉਸ ਪੱਖੋਂ ਮੈਨੂੰ ਉਸ ਗੱਲਬਾਤ ਦੇ ਵਿੱਚ ਕੋਈ ਜ਼ਿਆਦਾ ਵਜ਼ਨ ਨਹੀਂ ਲੱਗਦਾ ਹਾਂ ਉਹ ਵੱਖਰੀ ਗੱਲ ਹੈ ਕਿ ਜਿਸ ਤਰੀਕੇ ਨਾਲ ਸਾਡੀ ਮੇਨ ਪੋਲੀਟੀਕਲ ਪਾਰਟੀਆਂ ਭਾਰਤੀ ਜਨਤਾ ਪਾਰਟੀ ਉਸ ਦੇ ਲੀਡਰ ਉਸ ਦੇ ਚੀਫ ਮਿਨਿਸਟਰ ਕਈ ਜਿਹੜੇ ਸੰਸਦ ਜਾਂ ਹੋਰ ਅਜਿਹੇ ਲੀਡਰ ਹੁੰਦੇ ਨੇ ਕਾਉਂਸਲਰ ਲੈਵਲ ਦੇ ਹਿਟ ਰੇ ਲੈਵਲ ਦੇ ਪਾਰਟੀ ਦੇ ਪੰਦਰ ਦੇ ਸੰਗਠਨ ਦੇ ਲੈਵਲ ਦੇ ਉਤੇ ਉਹ ਜਿਸ ਤਰੀਕੇ ਨਾਲ ਇਸ ਫਿਲਮ ਨੂੰ ਚੁੱਕੀ ਜਾ ਰਹੇ ਨੇ ਮੈਨੂੰ ਲੱਗਦਾ ਉਹ ਆਪਣੇ ਵਿਰੋਧੀ ਜਿਹੜੇ ਹੈਗੇ ਨੇ ਉਹਨਾਂ ਨੂੰ ਚੜਾਉਣ ਦਾ ਕੰਮ ਜ਼ਿਆਦਾ ਕਰ ਤਾਂ ਗੱਲ ਹੋਈ ਫਿਲਮ ਕਸ਼ਮੀਰ ਫਾਇਲਜ਼ ਦੀ ਜਿੰਨੀ ਕਿ ਮੈਂ ਗੱਲ ਕਰਨੀ ਸੀ ਉਹ ਤੁਸੀਂ ਸਮਝ ਪਾਇਆ ਹੋ ਹੁਣ ਮੈਂ ਮੇਨ ਆਪਣੇ ਟੌਪਿਕ ਤੇ ਆਣਾ ਤੇ ਹੋ ਸਕਦਾ ਹੈ ਕੁਝ ਲੋਗ ਇਸ ਇਸ ਗੱਲਬਾਤ ਇਸ ਪੁਆਇੰਟ ਤੇ ਪਹੁੰਚਣ ਤੋਂ ਪਹਿਲਾਂ ਹੀ ਇਸ ਵੀਡੀਓ ਨੂੰ ਛੱਡ ਕੇ ਚਲੇ ਗਏ ਹੁਣ ਖੈਰ ਉਹਨਾਂ ਨੇ ਬਹੁਤ ਕੁਝ ਮਿਸ ਕਰਤਾ 5.5 ਮਹੀਨੇ ਪਹਿਲਾਂ ਮੈਂ ਇੱਕ ਰਿਪੋਰਟ ਬਣਾਈ ਸੀ ਜਿਸ ਵਿੱਚ ਕਿ ਮੈਂ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵਿੱਚ ਚਿੱਟੀ ਸਿੰਘ ਪੁਰਾ ਦੇ ਮੈਸਕਰ ਦੀ ਉਥੋਂ ਦੇ ਕਤਲੇਆਮ ਦੀ ਗੱਲ ਕੀਤੀ ਸੀ ਉਹ ਸਿੱਖਾਂ ਦਾ ਕਤਲੇਆਮ ਸੀ ਮੈਂ ਕਹਿਣਾ ਕਿ ਚਿੱਟੀ ਸਿੰਘ ਪੂਰਾ ਦੇ ਕਤਲੇਆਮ ਉੱਤੇ ਕਸ਼ਮੀਰ ਫਾਈਲਸ ਟੂ ਬਣਨੀ ਚਾਹੀਦੀ ਹੈ ਮਨਜਿੰਦਰ ਸਿੰਘ ਸਿਰਸਾ ਹੋਵੇ ਜਾਂ ਫਿਰ ਕੋਈ ਵੀ ਦੁਨੀਆ ਦਾ ਲੀਡਰ ਹੋਵੇ ਬਨ ਅਰਵਿੰਦ ਕੇਜਰੀਵਾਲ ਜੋ ਕਿ ਹੁਣ ਪੰਜਾਬ ਦੇ ਵਿਸ਼ਤਾਂ ਦੀ ਸਰਕਾਰ ਹੈ ਉਹਨਾਂ ਨੂੰ ਚਾਹੀਦਾ ਕਿ ਨਿਰਦੇਸ਼ਕਾਂ ਨੂੰ ਪ੍ਰੋਤਸਾਹਤ ਕਰਨ ਫਿਲਮ ਸਿਟੀਆਂ ਬਣਾਉਣ ਇਸ ਤਰੀਕੇ ਦੇ ਲੋਕਾਂ ਨੂੰ ਨਿਰਮਾਤਾਵਾਂ ਨੂੰ ਅੱਗੇ ਲਿਆਉਣ ਜੋ ਕਿ ਇਸ ਤਰੀਕੇ ਦੀ ਫਿਲਮ ਨੂੰ ਬਣਾਉਣ ਤੇ ਫਿਲਮਾਂ ਬਨਣ ਤੇ ਬਾਅਦ ਦੇ ਵਿੱਚ ਤੁਸੀਂ ਵੀ ਆਪਣੇ ਸੂਬੇ ਦੇ ਵਿੱਚ ਉਹਨਾਂ ਫਿਲਮਾਂ ਨੂੰ ਟੈਕਸ ਫਰੀ ਕਰੋ ਮੁਫਤ ਦੇ ਵਿੱਚ ਕਦੇ ਵੀ YouTube ਦੇ ਉੱਤੇ ਨਾ ਪਾਓ ਕਿਉਂਕਿ ਜਿਹੜੇ ਲੋਕ ਇਹ ਫਿਲਮਾਂ ਬਣਾ ਰਹੇ ਨੇ ਉਹਨਾਂ ਦੀ ਬੜੀ ਮਿਹਨਤ ਇਨਵੋਲਵ ਹੈ ਬਹੁਤ ਇਨਵੈਸਟਮੈਂਟ ਇਨਵੋਲਵ ਹੈ ਤੁਸੀਂ ਤਾਂ ਆਪਣਾ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਮੂੰਹ ਹਿਲਾਣਾ ਤੁਹਾਡੇ ਤਾਂ ਬੋਲੀ ਹਿਲਣੇ ਨੇ ਲੇਕਿਨ ਤੁਹਾਡੇ ਇਹਨਾਂ ਹਲਕੇ ਬਿਆਨਾਂ ਦੇ ਨਾਲ ਲੱਖਾਂ ਤੇ ਕਰੋਨਾ ਦਾ ਨੁਕਸਾਨ ਉਹਨਾਂ ਮਿਹਨਤਕਸ਼ ਫਿਲਮ ਨਿਰਦੇਸ਼ਕਾਂ ਨਿਰਮਾਤਾਵਾਂ ਯਾ ਫਿਲਮ ਮੇਕਰਸ ਨੂੰ ਹੋ ਸਕਦਾ ਹੈ ਸੋ ਤੁਸੀਂ ਤਾਂ ਇਸ ਬਿਜ਼ਨਸ ਦੇ ਵਿੱਚੋਂ ਤੁਹਾਡੇ ਵਰਗੇ ਲੋਕ ਇਸ ਮਾਨਸਿਕਤਾ ਨੂੰ ਤਾਂ ਬਾਹਰ ਰੱਖਣ ਦੀ ਲੋੜ ਹੈ ਸੋ ਮੈਂ ਬਹੁਤ ਹੀ ਸੰਖੇਪ ਦੇ ਵਿੱਚ ਜ਼ਿਕਰ ਕਰਾਂਗਾ ਉਸ ਪੂਰੇ ਦੇ ਪੂਰੇ ਘਟਨਾ ਚੱਕਰ ਦਾ ਤੇ ਫਿਲਮ ਉਸ ਉੱਤੇ ਕਿਉਂ ਬਣਨੀ ਚਾਹੀਦੀ ਹੈ ਉਹੀ ਤਰਾਸ ਦੀ ਜੋ ਕਿ ਕਸ਼ਮੀਰੀ ਪੰਡਤਾਂ ਦੇ ਨਾਲ ਕਸ਼ਮੀਰ ਫਾਈਲਜ਼ 1 ਦੇ ਵਿੱਚ ਵਿਖਾਈ ਗਈ ਇੱਕ ਜੈਨੋਸਾਈਡ ਵਿਖਾਇਆ ਗਿਆ ਇੱਕ ਹਾਲਾਤ ਵਿਖਾਏ ਗਏ ਤੇ ਇੱਕ ਪਿੰਡ ਤੇ ਕਸ਼ਮੀਰੀ ਪੰਡਤਾਂ ਦੇ ਇੱਕ ਕੈਂਪ ਦੇ ਬਾਹਰ ਜਿਸ ਤਰੀਕੇ ਨਾਲ ਵੱਖਵਾਦੀਆਂ ਵੱਲੋਂ دہشت گردਾਂ ਵੱਲੋਂ ਆ ਕੇ ਉਹਨਾਂ ਨੂੰ ਗੋਲੀਆਂ ਦੇ ਨਾਲ ਟੇਰ ਕਰਤਾ ਗਿਆ 24 ਹਿੰਦੂਆਂ ਨੂੰ ਮਾਰਤਾ ਗਿਆ ਸੀ ਤੇ ਉਸ ਪੂਰੇ ਦੇ ਪੂਰੇ ਮੈਸੇਜਰ ਦੇ ਉੱਤੇ ਜਾਂ ਉਸ ਦਾ ਕਲਾਈਮੈਕਸ ਇਸ ਫਿਲਮ ਕਸ਼ਮੀਰ ਫਾਈਲਜ਼ ਜਾਂ ਕਸ਼ਮੀਰ ਫਾਈਲਜ਼ 1 ਦੇ ਵਿੱਚ ਅਸੀਂ ਵੇਖਿਆ ਹੈ ਕਸ਼ਮੀਰ ਫਾਈਲਜ਼ 2 ਦੇ ਵਿੱਚ ਅਸੀਂ ਚਿੱਟੀ ਸਿੰਘ ਪੁਰਾ ਮਾਸੇਕਰ ਨੂੰ ਦੇਖਣਾ ਚਾਹਾਂਗੇ ਕਿਉਂਕਿ ਉਸ ਦੇ ਵਿੱਚ ਕਲਾਈਮੈਕਸ ਇਸ ਤੋਂ ਵੀ ਜ਼ਿਆਦਾ ਜ਼ਬਰਦਸਤ ਹੈ ਹਰ ਸਿਨੇਮੈਟਿਕ ਟਵਿਸਟ ਤੇ ਟਰਨ ਉਸ ਪੂਰੀ ਦੀ ਪੂਰੀ ਕਹਾਣੀ ਦੇ ਵਿੱਚ ਹੈ ਇੱਕ ਬਹੁਤ ਵੱਡੀ ਤ੍ਰਾਸਦੀ ਸੀ 35 ਸਿੱਖਾਂ ਨੂੰ ਗੋਲੀਆਂ ਮਾਰਤੀਆਂ ਗਈਆਂ ਸੀ ਅਨੰਤਨਾਗ ਦਾ ਜਿਹੜਾ ਜ਼ਿਲ੍ਹਾ ਹੈ ਉਸ ਦਾ ਪਿੰਡ ਚਿੱਟੀ ਸਿੰਘ ਪੁਰਾ ਜਿੱਥੇ ਕੀ ਸਿੱਖਾਂ ਦੀ ਵਸੋਂ ਸੀ ਉੱਥੇ ਸ਼ਾਮ ਨੂੰ ਤਕਰੀਬਨ ਪੌਣੇ 8 ਵਜੇ ਫੌਜੀਆਂ ਦੀ ਵਰਦੀਆਂ ਦੇ ਵਿੱਚ ਕੁਝ ਲੋਕ ਆਉਂਦੇ ਨੇ ਅਣਪਛਾਤੇ ਲੋਕ ਹੁੰਦੇ ਨੇ دہشتਗਰਦ ਹੁੰਦੇ ਨੇ ਜਾਂ ਕੌਣ ਹੁੰਦੇ ਨੇ ਇਸ ਦੇ ਬਾਰੇ ਨਹੀਂ ਪਤਾ ਠੀਕ ਉਸੇ ਤਰੀਕੇ ਨਾਲ ਜਿਵੇਂ ਕਿ ਕਸ਼ਮੀਰ ਫਾਇਲ ਦੇ ਵਿੱਚ ਦਿਖਾਇਆ ਗਿਆ ਕਿ ਫੌਜੀਆਂ ਦੀ ਵਰਦੀ ਵਿੱਚ ਆ ਕੇ ਹੀ دہشتਗਰਦਾਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਕਸ਼ਮੀਰੀ ਪੰਡਤਾਂ ਨੂੰ ਲੇਕਿਨ ਇੱਥੇ 24 ਬੰਦੇ ਮਰੇ ਸੀ ਲੇਕਿਨ ਉਸ ਮੈਸੇਕਰ ਦੇ ਵਿੱਚ 35 ਲੋਕਾਂ ਦੀ ਮੌਤ ਹੋਈ 36 ਲੋਕ ਉਹਨਾਂ ਨੂੰ ਲਾਈਨਾਂ ਦੇ ਵਿੱਚ ਲਾ ਕੇ ਗੋਲੀਆਂ ਮਾਰੀਆਂ ਗਈਆਂ ਸਨ ਦੋ ਗੁਰਦੁਆਰੇ ਨੇ ਅਨੰਤਨਾਗ ਦੇ ਇਸ ਚਿੱਟੀ ਸਿੰਘ ਪੁਰਾ ਦੇ ਜਿੱਥੇ ਕਿ ਤਕਰੀਬਨ 8 ਵਜੇ ਤੋਂ ਲੈ ਕੇ ਪੌਣੇ 9 ਵਜੇ ਤੱਕ ਇਹ ਜਿਹੜਾ ਕਤਲੇਆਮ ਸੀ ਕਤਲਗਾਰਦ ਸੀ ਉਹ ਚੱਲਦੀ ਹੈ ਸਾਲ 2020 ਮਾਰਚ ਦਾ ਦਿਨ ਰਾਤ ਦੇ ਤਕਰੀਬਨ ਪੌਣੇ 8 ਵਜੇ ਜਦੋਂ ਕਿ ਅਨੰਤਨਾਗ ਜ਼ਿਲ੍ਹੇ ਦੇ ਪਿੰਡ ਚਿੱਟੀ ਸਿੰਘ ਪੁਰਾ ਵਿਖੇ 35 ਸਿੱਖਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਤਾ ਗਿਆ 36 ਸਿੱਖਾਂ ਨੂੰ ਗੋਲੀਆਂ ਮਾਰੀਆਂ ਗਈਆਂ ਸਨ ਦੋ ਅਲੱਗ-ਅਲੱਗ ਟੁਕੜੀਆਂ ਬਣਾਈਆਂ ਗਈਆਂ 19 ਸਿੱਖਾਂ ਨੂੰ ਇੱਕ ਪਾਸੇ ਰੱਖਿਆ ਗਿਆ 17 ਸਿੱਖਾਂ ਨੂੰ ਦੂਸਰੇ ਪਾਸੇ ਰੱਖਿਆ ਗਿਆ ਇਹ دہشتਗਰਦ ਜੋ ਕਿ ਫੌਜੀਆਂ ਦੀ ਵਰਦੀਆਂ ਦੇ ਵਿੱਚ ਆਏ ਸਨ ਇਲਜ਼ਾਮ ਟਾਇ ਵੀ ਲੱਗਦੇ ਰਹੇ ਕਿ ਇਹ ਸ਼ਾਇਦ 파rti ਫੌਜ ਦੇ ਹੀ ਲੋਕ ਸਨ ਲੇਕਿਨ ਉਸ ਤੋਂ ਬਾਅਦ ਦੀਆਂ ਜਿੰਨੀਆਂ ਵੀ ਇਨਕੁਆਇਰੀਆਂ ਹੋਈਆਂ ਉਸ ਉੱਤੇ ਮੈਂ ਬਾਅਦ ਦੇ ਵਿੱਚ ਗੱਲ ਕਰਾਂਗਾ ਮੈਂ ਪਹਿਲੀ ਰਿਪੋਰਟ ਦੇ ਵਿੱਚ ਵੇਰਵੇ ਸਹਿਤ ਗੱਲ ਕੀਤੀ ਹੈ ਤੁਸੀਂ ਉਸ ਰਿਪੋਰਟ ਤੇ ਵਾਪਸ ਜਾ ਸਕਦੇ ਹੋ ਲੇਕਿਨ ਇਹ ਫੈਕਟ ਸੀ ਕਿ ਜਿਹੜੇ ਵੀ ਦਹਿਸ਼ਤਗਰਦ ਸਨ ਚਾਹੇ ਉਹ ਅਤਵਾਦੀ ਸਨ ਵਖਵਾਦੀ ਸਨ ਕਸ਼ਮੀਰੀ ਸਨ ਜਾਂ ਫਿਰ ਉਹ ਇਵਨ ਜੇ ਆਰਮੀ ਦੇ ਲੋਕ ਵੀ ਸਨ ਮੈਂ ਤਾਂ ਉਹਨਾਂ ਨੂੰ ਵੀ ਦਹਿਸ਼ਤਗਰਦ ਹੀ ਮੰਨਦਾ ਹਾਂ ਇਹ ਵਾਰਦਾਤ ਲੂ ਕੰਡੇ ਖੜੇ ਕਰ ਦੇਣ ਵਾਲੀ ਵਾਰਦਾਤ ਸੀ ਸਿੱਖਾਂ ਦੀ ਜ਼ਿਆਦਾਤਰ ਵੱਸੋਂ ਇਸ ਪਿੰਡ ਦੇ ਵਿੱਚ ਸੀ ਲੇਕਿਨ ਜਦੋਂ ਇਹ دہشتਗਰਦ ਫੌਜੀਆਂ ਦੀ ਵਰਦੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਆਏ ਤੇ ਇਹਨਾਂ ਨੇ ਨਾਰਮਲ ਸਕਰੀਨਿੰਗ ਜੋ ਕਿ ਉਹਨਾਂ ਦਿਨਾਂ ਦੇ ਵਿੱਚ ਫੌਜੀਆਂ ਵੱਲੋਂ ਕੀਤੀ ਜਾਂਦੀ ਸੀ ਪਾਤੀ ਫੌਜ ਵੱਲੋਂ ਉਸੇ ਤਹਿਤ ਲੋਕਾਂ ਨੂੰ ਲਾਈਨ ਅਪ ਕੀਤਾ ਅਲੱਗ-ਅਲੱਗ ਗੁਰਦੁਆਰਿਆਂ ਦੋ ਅਲੱਗ-ਅਲੱਗ ਗੁਰਦੁਆਰੇ ਸਨ 100 50 ਮੀਟਰ ਟੱਕਰ ਗਈ ਮੈਂ 150 ਮੀਟਰ ਦੇ ਫਾਸਲੇ ਉੱਤੇ ਉਹਨਾਂ ਦੀ ਦੀਵਾਰਾਂ ਦੇ ਨਾਲ ਖੜੇ ਕਰਕੇ ਇਹਨਾਂ ਨੂੰ ਸ਼ਰੀਆਂ ਗੋਲੀਆਂ ਮਾਰਤੀਆਂ ਗਈਆਂ ਇਹ ਵਾਰਦਾਤ ਕਾਫੀ ਮਹੱਤਵਪੂਰਨ ਇਸ ਵਾਸਤੇ ਵੀ ਮੰਨੀ ਗਈ ਕਿਉਂਕਿ ਇਸ ਵਾਰਦਾਤ ਤੋਂ ਅਗਲੇ ਹੀ ਦਿਨ ਯਾਨੀ ਕਿ 21 ਮਾਰਚ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਭਾਰਤ ਦੀ ਫੇਰੀ ਤੇ ਸਨ ਸੋ ਕੀ ਬਿਲ ਕਲਿੰਟਨ ਦਾ ਧਿਆਨ ਖਿੱਚਣ ਲਈ ਜਾਂ ਫਿਰ ਇਸ ਭਾਰਤ ਤੇ ਅਮਰੀਕਾ ਦੇ ਆਪਸੀ ਸੰਬੰਧਾਂ ਨੂੰ ਖਰਾਬ ਕਰਨ ਦੇ ਮਕਸਦ ਦੇ ਨਾਲ ਜਾਂ ਫਿਰ ਕੋਈ ਹੋਰ ਅਜਿਹੀ ਗੜਬੜੀ ਫੈਲ ਸਕੇ ਤੇ ਅਮਰੀਕੀ ਰਾਸ਼ਟਰਪਤੀ ਦੀ ਭਾਰਤ ਦੀ ਯਾਤਰਾ ਤੋਂ ਪਹਿਲਾਂ ਇੱਕ ਵੱਖਰੇ ਕਿਸਮ ਦਾ ਸੁਨੇਹਾ ਦਿੱਤਾ ਜਾ ਸਕੇ ਸੋ ਉਸ ਦੇ ਕੀ ਮੁਫਾਦ ਤੇ ਮਕਸਦ ਜਾਂ ਮਨਸੂਬੇ ਸਨ ਇਹ ਤਾਂ ਕਲੀਅਰ ਨਹੀਂ ਹੈ ਲੇਕਿਨ ਬਿਲ ਕਲਿੰਟਨ ਦੀ ਭਾਰਤ ਫੇਰੀ ਤੋਂ ਇੱਕ ਦਿਨ ਪਹਿਲਾਂ ਚਿੱਟੀ ਸਿੰਘਪੁਰਾ ਵਿਖੇ ਐਡਾ ਵੱਡਾ ਹਾਦਸਾ ਹੋ ਜਾਂਦਾ ਹੈ ਐਡੀ ਵੱਡੀ ਵਾਰਦਾਤ ਐਡਾ ਵੱਡਾ ਕਤਲੇਆਮ ਤੇ ਇਸ ਕਤਲੇਆਮ ਤੋਂ 5 ਦਿਨ ਬਾਅਦ ਫੌਜ ਨੇ ਇੱਕ ਫਰਜ਼ੀ ਮੁਕਾਬਲਾ ਕੀਤਾ ਪੱਥਰਬਾਲ ਦੇ ਵਿੱਚ ਇੱਕ ਫਰਜ਼ੀ ਮੁਕਾਬਲਾ ਹੁੰਦਾ ਜੋ ਕਿ ਬਹੁਤ ਹੀ ਬਾਅਦ ਦੇ ਵਿੱਚ ਇੱਕ ਇਨ ਫੇਮਸ ਮੁਕਾਬਲਾ ਰਿਹਾ ਉਸ ਮਾਮਲੇ ਦੀ ਸੀਬੀਏ ਜਾਂਚ ਹੋਈ ਫੌਜ ਦੇ ਕੁਝ ਕਰਨਲ ਲੈਫਟੇਨੈਂਟ ਕਰਨਲ ਲੈਵਲ ਦੇ ਅਧਿਕਾਰੀ ਸਨ ਜਿਨ੍ਹਾਂ ਨੇ ਕੀ ਪੱਥਰਬਾਲ ਦੇ ਪਿੰਡ ਦੇ ਵਿੱਚ ਇਹ ਕਹਿ ਕੇ ਕਿ ਚਿੱਟੀ ਸਿੰਘ ਪੁਰਾ ਦੀ ਵਾਰਦਾਤ ਦੇ ਪਿੱਛੇ ਇਹ دہشتਗਰਦ ਹੈਗੇ ਨੇ ਯਤਵਾਦੀ ਹੈਗੇ ਨੇ ਗੋਲੀਆਂ ਦੇ ਨਾਲ ਪੰਜ ਹੋਰ ਨੌਜਵਾਨਾਂ ਨੂੰ ਢੇਰ ਕਰਤਾ ਉਹ ਪੰਜ ਜਿਹੜੇ ਨੌਜਵਾਨ ਸਨ ਉਹ ਅਸਲ ਦੇ ਵਿੱਚ ਵੱਖਵਾਦੀ ਨਹੀਂ ਸਨ ਬਲਕਿ ਉਸ ਉਹਨਾਂ ਪਿੰਡਾਂ ਦੇ ਹੀ ਵਸਨੀਕ ਸਨ ਲੋਕਲ ਲੋਕਾਮੰਦ ਲੋ ਬਹੁਤ ਹੋ ਹੱਲਾ ਹੋਇਆ ਬਾਅਦ ਦੇ ਵਿੱਚ ਫਾਰੂਕ ਅਬਦੁੱਲਾ ਦੀ ਸ਼ਹਿਦ ਸਰਕਾਰ ਸੀ ਜਿਸ ਨੇ ਕੀ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਾਈ ਤਕਰੀਬਨ 10 11 ਸਾਲ ਚੱਲੀ ਸੀਬੀਆਈ ਦੀ ਜਿਹੜੀ ਇਨਕੁਆਇਰੀ ਸੀ ਉਹ 2011 ਦੇ ਵੀ ਜਦੋਂ ਆਂਦੀ ਹੈ ਉਸ ਦੇ ਵਿੱਚ ਇਹ ਸਪਸ਼ਟ ਕੀਤਾ ਸੀਬੀਆਈ ਨੇ ਕਿ ਫੌਜ ਦਾ ਇਹ ਜਿਹੜਾ ਮੁਕਾਬਲਾ ਸੀ ਇਹ ਝੂਠਾ ਮੁਕਾਬਲਾ ਸੀ ਕਿਹੜਾ ਮੁਕਾਬਲਾ ਪੱਥਰਪਾਲ ਦਾ ਮੁਕਾਬਲਾ ਕਿਉਂਕਿ ਉਹੀ ਮੰਡੇਟ ਸੀਬੀਆਈ ਕੋਲ ਸੀ ਸੋ 25 ਮਾਰਚ 2000 ਨੂੰ ਯਾਨੀ ਕਿ ਚਿੱਟੀ ਸਿੰਘ ਪੁਰਾ ਦੇ ਕਤਲਿਆਮ ਤੋਂ 5 ਦਿਨ ਬਾਅਦ ਇੱਕ ਫਰਜ਼ੀ ਮੁਕਾਬਲਾ ਭਾਰਤੀ ਫੌਜ ਨੇ ਕੀਤਾ ਤੇ ਉਸ ਤੋਂ 10 ਦਿਨ ਬਾਅਦ ਇੱਕ ਹੋਰ ਮੁਕਾਬਲਾ ਸੀ ਜਿਹੜਾ ਉਹ ਕਸ਼ਮੀਰ ਪੁਲਿਸ ਵੱਲੋਂ ਕੀਤਾ ਗਿਆ ਜਿਸ ਵਿੱਚ ਇੱਕ ਵਾਰ ਫੇਰ ਦਾਵਾ ਕੀਤਾ ਗਿਆ ਕਿ ਚਿੱਟੀ ਸਿੰਘ ਪੁਰਾ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੁਝ ਖੜਕਵਾਂ ਨੂੰ ਉਹਨਾਂ ਨੇ ਵੀ ਮਾਰ ਮੁਕਾਇਆ ਹੈ ਸੋ ਦੋ ਅਲੱਗ-ਅਲੱਗ ਮੁਕਾਬਲੇ 15 ਦਿਨਾਂ ਦੇ ਦੌਰਾਨ ਜਾਂ ਉਸ ਵਖਵੇ ਦੇ ਦੌਰਾਨ ਕੀਤੇ ਗਏ ਲੇਕਿਨ ਇਹਨਾਂ ਵਿੱਚੋਂ ਇੱਕ ਤਾਂ ਮੁਕਾਬਲਾ ਸ਼ਰਿਆਮ ਇੱਕ ਝੂਠਾ ਮੁਕਾਬਲਾ ਸੀ ਲੇਕਿਨ ਦੂਸਰੇ ਮੁਕਾਬਲੇ ਦੇ ਉੱਤੇ ਵੀ ਸਵਾਲ ਸਨ ਕਿ ਕੀ ਵਾਕਈ ਚਿੱਟੀ ਸਿੰਘ ਪੁਰਾ ਦੇ ਜਿਹੜੇ ਦੋਸ਼ੀ ਸਨ ਕਾਤਲ ਸਨ ਉਹਨਾਂ ਨੂੰ ਟੇਰ ਕਰਤਾ ਗਿਆ ਹੈ ਬਾਅਦ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਮੁੰਬਈ ਦੇ ਜਿਹੜੇ ਬੰਮ ਧਮਾਕੇ ਕੁਝ ਸਾਲ ਪਹਿਲਾਂ ਹੁੰਦੇ ਨੇ ਉਸ ਦੇ ਵਿੱਚ ਜਦੋਂ ਡੇਵਿਡ ਹੈਡਲੀ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਉਸ ਤੋਂ ਬਾਅਦ ਡੇਵਿਡ ਹੈਡਲੀ ਤੇ ਕੁਝ ਹੋਰ ਲੋਕ ਕੁਝ ਹੋਰ ਅਜਿਹੇ دہشتਗਰ ਜੋ ਕਿ ਬਾਅਦ ਦੇ ਵਿੱਚ ਜੰਮੂ ਕਸ਼ਮੀਰ ਪੁਲਿਸ ਵੱਲੋਂ ਕੁਝ ਅਗਲੇ ਸਾਲਾਂ ਦੇ ਵਿੱਚ ਫੜੇ ਗਏ ਜਿਨ੍ਹਾਂ ਵਿੱਚੋਂ ਲਸ਼ਕਰੇ ਤੈਬਾ ਦਾ ਇੱਕ সোহੇਲ ਮਲਿਕ ਸੀ ਸੋ সোহੇਲ ਮਲਿਕ ਅਤੇ ਡੇਵਿਡ ਹੈਡਲੀ ਨੇ ਬਾਅਦ ਦੇ ਵਿੱਚ ਪੁਲਿਸ ਦੀ ਹਿਰਾਸਤ ਦੇ ਵਿੱਚ ਇਹ ਇਨਕਸ਼ਾਫ ਕੀਤੇ ਏਜੰਸੀਆਂ ਦੀ ਹਿਰਾਸਤ ਦੇ ਵਿੱਚ ਇਨਕਸ਼ਾਫ ਕੀਤੇ ਕਿ ਚਿੱਟੀ ਸਿੰਘ ਪੁਰਾ ਦੇ ਪਿੱਛੇ ਲਸ਼ਕਰੇ ਤੈਬਾਸੀ ਲੇਕਿਨ ਕੀ ਲਸ਼ਕਰੇ ਤਕਬਾਸੀ ਹੈ ਜਾਂ ਨਹੀਂ ਸੀ ਇਹ ਅੱਜ ਤੱਕ ਇੱਕ ਵੱਡਾ ਸਵਾਲ ਹੈ ਕਿਉਂਕਿ ਇਹ ਤਾਂ ਫੈਕਟ ਹੈ ਕਿ ਸੀਬੀਆਈ ਨੇ ਜਿਹੜੀ ਪੜਤਾਲ ਉਸ ਪੱਥਰੀਬਾਲ ਮੁਕਾਬਲੇ ਦੇ ਵਿੱਚ ਕੀਤੀ ਸੀ ਉਹ ਮੁਕਾਬਲਾ ਝੂਠਾ ਨਿਕਲਿਆ ਸੀ ਹੁਣ ਚਿੱਟੇ ਸਿੰਘ ਪੁਰਾ ਦੇ ਵਿੱਚ ਵੀ ਇੱਕ ਐਡੀ ਤਰਾਸ ਦੀ ਕਾਡਾ ਵੱਡਾ ਕਤਲੇਆਮ ਹੋਇਆ ਜੋ ਕਿ ਸ਼ਾਇਦ ਕਸ਼ਮੀਰ ਫਾਈਲਸ ਫਿਲਮ ਦੇ ਵਿੱਚ ਜਿਹੜੀ ਤਰਾਸ ਦੀ ਦੱਸੀ ਗਈ ਹੈ ਉਸ ਨਾਲੋਂ ਵੀ ਵੱਡਾ ਸੀ ਇਫੈਕਟ ਹੈ ਕਿ ਕਸ਼ਮੀਰੀ ਪੰਡਤ ਤੇ Hindu ਭਾਈਚਾਰੇ ਦੇ ਜਿਹੜੇ ਲੋਕ ਸਨ ਉਹਨਾਂ ਨੂੰ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਸਾਲ 1999 ਤੋਂ ਬਾਅਦ ਬਹੁਤ ਪ੍ਰਤਾੜਿਤ ਕੀਤਾ ਗਿਆ ਉਹਨਾਂ ਨੂੰ ਇੱਕ ਰਾਤ ਓਵਰਨਾਈਟ ਹੀ ਆਪਣੇ ਕਾਰਬਾਰ ਛੱਡ ਕੇ ਪੱਜਨ ਲਈ ਮਜਬੂਰ ਕਰਾਤਾ ਗਿਆ ਕਿਸੇ ਵੀ ਸਮੁਦਾਇ ਕਮਿਊਨਿਟੀ ਦੇ ਨਾਲ ਜੇ ਕੁਝ ਹੁੰਦਾ ਹੈ ਤਾਂ ਉਹ ਨਿੰਦਨਯੋਗ ਹੈ ਮੰਦਪਾਗਾ ਹੈ ਉਸ ਨੂੰ ਰਿਵਰਸ ਹੋਣਾ ਚਾਹੀਦਾ ਹੈ ਲੇਕਿਨ ਐਸੇ ਤਰੀਕੇ ਦੀ ਵਾਰਦਾਤ ਤਾਂ ਸਿੱਖਾਂ ਦੇ ਨਾਲ ਵੀ ਹੋਈ ਸੀ ਉਸ ਉੱਤੇ ਮੈਂ ਆਸ ਕਰਦਾ ਕਿ ਕਸ਼ਮੀਰ ਫਾਈਲਸ 2 ਜ਼ਰੂਰ ਬਣੇ ਤੇ ਉਸ ਦਾ ਨਾਂ ਜਿ ਚਿੱਟੀ ਸਿੰਘਪੁਰਾ ਫਾਈਲਸ ਰੱਖ ਦਨ ਵਿਵੇਕ ਅਗਨੀ ਹੋਤਰੀ ਸਾ ਤਾ ਬਹੁਤ ਹੀ ਕਮਾਲ ਹੋਏਗਾ ਤੇ ਜੇ ਵਿਵੇਕ ਅਗਨੀ ਹੋਤਰੀ ਸਾ ਬੇ ਫਿਲਮ ਨਹੀਂ ਬਣਾਉਂਦੇ ਤਾਂ ਆਪਾਂ ਇਸ ਫਿਲਮ ਨੂੰ ਕਦੇ ਨਾ ਕਦੀ ਜ਼ਰੂਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸੋ ਅੱਜ ਮੈਂ ਗੱਲਬਾਤ ਕਸ਼ਮੀਰ ਫਾਈਲਸ ਉੱਤੇ ਕਰਨਾ ਚਾਹੁੰਦਾ ਸੀ ਲੇਕਿਨ ਜਿਹੜੇ ਲੋਕ ਅੱਜ ਇਸ ਫਿਲਮ ਨੂੰ ਪੰਡ ਰਹੇ ਨੇ ਜਾਂ ਜਿਹੜੇ ਲੋਕ ਕਹਿ ਰਹੇ ਨੇ ਵੀ ਫਿਲਮ ਨਫ਼ਰਤ ਫੈਲਾ ਰਹੀ ਹੈ ਆਪਾਂ ਨੂੰ ਇਹ ਚੀਜ਼ ਸਮਝ ਕੇ ਚੱਲਣੀ ਪੈਣੀ ਹੈ ਕਿ ਆਪਾਂ ਸਿਨੇਮਾ ਨੂੰ ਸਿਨੇਮਾ ਰਹਿਣ ਦਈਏ ਸਿਨੇਮਾ ਜਗਤ ਇੱਕ ਵੱਖ ਤੁਸੀਂ ਪੋਲਿਟিক্যাল ਮਕਸਦ ਤੇ ਮਫਾਦਾ ਦੇ ਨਾਲ ਬਹੁਤ ਵੱਡੀ ਭਾਰੀ ਪਰਕਮ ਫੰਡਿੰਗ ਲੈ ਕੇ ਸੋਸ਼ਲ ਮੀਡੀਆ ਦੇ ਜ਼ਰੀਏ ਮਾਰਕੀਟਿੰਗ ਦੇ ਜ਼ਰੀਏ ਆਪਣੀ ਹਵਾ ਬਣਾ ਕੇ ਕੋਈ ਵੀ ਅਜਿਹੀ ਸਿਨੇਮੈਟਿਕ ਐਕਸਲੈਂਸ ਨੂੰ ਕ੍ਰੀਏਟ ਨਹੀਂ ਕਰ ਸਕਦੇ ਹੋ ਇਸ ਤਰੀਕੇ ਦੀ ਮੂਵੀ ਨਹੀਂ ਕ੍ਰੀਏਟ ਕਰ ਸਕਦੇ ਹੋ ਇਸ ਤਰੀਕੇ ਦੀ ਫਿਲਮ ਨਹੀਂ ਬਣਾ ਸਕਦੇ ਹੋ ਜੋ ਕਿ ਸਿਰਫ ਵਰਡ ਆਫ ਮਾਊਥ ਪਬਲਿਸਿਟੀ ਦੇ ਜ਼ਰੀਏ ਸੈਂਕੜਾ ਕਰੋੜਾ ਰੁਪਏ ਦੀ ਕਮਾਈ ਕਰ ਲੈਂਦੀ ਹੈ ਦੂਸਰੇ ਪਾਸੇ ਅਕਸ਼ੇ ਕੁਮਾਰ ਦੀ ਵੀ ਫਿਲਮ ਨਾਲ ਹੀ ਰਿਲੀਜ਼ ਹੋਈ ਬਚਨ ਪਾਂਡੇ ਉਹ ਬਚਾਰੀ ਫਿਲਮ ਸ਼ਾਇਦ 16-17 ਕਰੋੜ ਤੇ اٹਕ ਗਈ ਤੇ ਬਾਕਸ ਆਫਿਸ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫਲॉप ਹੋਈ ਹੈ ਸੋ ਆਪਣੇ ਸਾਹਮਣੇ ਹੀ ਹੈ ਇਹ ਫਿਲਮਾਂ ਤੇ ਬਾਕਸ ਆਫਿਸ ਦੇ ਵਿੱਚ ਪਰਫਾਰਮੈਂਸ ਦਾ ਵੀ ਹਾਲ ਲਗਭਗ ਆਪਣੇ ਚੋਣਾ ਵਾਂਗ ਹੀ ਹੈ ਜੇ ਲੋਕ ਤੇ ਜਨਤਾ ਜਨਾਰਦਨ ਸਪੋਰਟ ਦੇਗੀ ਤਾਂ ਫਿਲਮ ਚੱਲ ਜਾਏਗੀ ਸਰਕਾਰਾਂ ਪੋਲਿਟਿਕਲ ਪਾਰਟੀਆਂ ਜਿੰਨਾ ਮਰਜ਼ੀ ਜ਼ੋਰ ਲਾਲਨ ਜਿਹੜੇ ਮਰਜ਼ੀ ਡਾਇਰੈਕਟਰ ਲਿਆਂ ਤੇ ਜਿੰਨੇ ਮਰਜ਼ੀਆਂ ਫਿਲਮਾਂ ਬਣਾ ਲਨ ਬਥੇਰੇ ਅਜਿਹੇ ਟੌਪਿਕਸ ਹੈਗੇ ਨੇ ਜਿਨ੍ਹਾਂ ਉਤੇ ਫਿਲਮਾਂ ਬਣ ਸਕਦੀਆਂ ਨੇ ਲੇਕਿਨ ਜੇ ਚੰਗੇ ਤਰੀਕੇ ਨਾਲ ਇੱਕ ਸਿਨੇਮਾ ਨਹੀਂ ਬਣੀ ਹੋਏਗੀ ਤਾਂ ਉਸ ਨੂੰ ਕੋਈ ਵੀ ਪਸੰਦ ਨਹੀਂ ਕਰੇਗਾ ਸੋ ਕਸ਼ਮੀਰ ਫਾਈਲਸ ਦੇ ਵਿੱਚ ਮੀਨ ਮੇ ਕੱਢਣ ਵਾਲੇ ਉਸ ਨੂੰ ਨਫ਼ਰਤ ਫੈਲਾਉਣ ਵਾਲੀ ਫਿਲਮ ਦੱਸਣ ਵਾਲੇ ਲੋਕ ਬਿਲਕੁਲ ਹੀ ਮਿਸਪਲੇਸ ਲੋਕ ਨੇ ਠੀਕ ਹੈ ਇਸ ਦਾ ਇੱਕ ਮੈਸੇਜ ਆਂਦਾ ਹੈ ਲੇਕਿਨ ਜਿਹੜੀ ਤਰਾਸਦੀ ਹੈ ਜੋ ਤੱਤ ਨੇ ਜੋ ਫੈ ਪੰਜਾਬ ਦੇ ਵਿੱਚ ਅਜੇ ਇਹ ਬਹੁਤ ਸੇ ਸਬਜੈਕਟਸ ਨੇ ਅਜੇ ਹੀ ਬਹੁਤ ਘਟਨਾਵਾਂ ਵਾਰਦਾਤਾਂ ਨੇ ਤੇ ਮੈਂ ਤਾਂ ਕਸ਼ਮੀਰ ਦੇ ਵਿੱਚੋਂ ਲੱਭ ਕੇ ਤੁਹਾਨੂੰ ਕਸ਼ਮੀਰ ਫਾਈਲਸ 2 ਦਾ ਇੱਕ ਆਈਡੀਆ ਦਿੱਤਾ ਹੈ ਮੈਂ ਆਸ ਕਰਦਾ ਕਿ ਕਾਪੀਰਾਈਟ ਮੇਰਾ ਹੀ ਹੋਏਗਾ ਜੇ ਜੇ ਕੱਲ ਨੂੰ ਚਿੱਟੀ ਸਿੰਗਪੁਰਾ ਦੇ ਉੱਤੇ ਕੋਈ ਫਿਲਮ ਬਣੇਗੀ ਤਾਂ ਮੈਨੂੰ ਉਹਨਾਂ 'ਕ ਬਣਦਾ ਕ੍ਰੈਡਿਟ ਜ਼ਰੂਰ ਮਿਲ ਜਾਏ ਜੇ ਦੇਣਾ ਚਾਹੋ ਅਦਰਵਾਈਜ਼ ਆਪਾਂ ਚਾਹਾਂਗੇ ਕਿ ਅਜਿਹੇ ਬਹੁਤ ਸੇ ਸੈਂਸਿਟਿਵ ਸਬਜੈਕਟਸ ਨੇ ਜਿਨ੍ਹਾਂ ਬਾਰੇ ਲੋਕ ਗੱਲ ਕਰਕੇ ਵੀ ਰਾਜੀ ਨਹੀਂ ਅੱਜ ਇਸ YouTube ਚੈਨਲ ਉੱਤੇ ਮੈਨੂੰ ਖੁਸ਼ੀ ਹੈ ਕਿ ਮੈਂ ਚਿੱਟੀ ਸਿੰਘ ਪੁਰਾ ਉੱਤੇ 5 ਮਹੀਨੇ ਪਹਿਲਾਂ ਰਿਪੋਰਟ ਬਣਾਈ ਬੇਸ਼ੱਕ ਉਸ ਰਿਪੋਰਟ ਨੂੰ ਜ਼ਿਆਦਾ ਲੋਕਾਂ ਨੇ ਨਹੀਂ ਦੇਖਿਆ ਲੇਕਿਨ ਅੱਜ ਜਦੋਂ ਆਪਾਂ ਗੱਲ ਕਸ਼ਮੀਰ ਫਾਈਲ ਦੀ ਕਰ ਰਹੇ ਹਾਂ ਤੇ ਕਸ਼ਮੀਰ ਫਾਈਲਸ 2 ਦੇ ਬਾਰੇ ਮੇਰੇ ਕੋਲ ਇੱਕ ਬਹੁਤ ਹੀ ਚੰਗਾ ਸੁਝਾਅ ਦੇਣ ਦਾ ਇੱਕ اخلاقی ਹੱਕ ਹੈ ਨੈਤਿਕ ਅਧਿਕਾਰ ਹੈ ਜਿਸ ਦੀ ਕੀ ਵਰਤੋਂ ਮੈਂ ਅੱਜ ਇਸ ਵੀਡੀਓ ਨੂੰ ਬਣਾ ਕੇ ਕਰ ਰਿਹਾ ਹਾਂ ਸੋ ਮੇਰੀ ਆਸ ਹੈ ਕਿ ਕਸ਼ਮੀਰ ਫਾਈਲਸ ਵੀ ਚੰਗੀ ਫਿਲਮ ਹੈ ਉਸ ਨੂੰ ਦੇਖਣਾ ਨਾ ਦੇਖਣਾ ਤੁਹਾਡੀ ਆਪਣੀ ਇੱਛਾ ਹੈ ਦੇਖੋ ਤੇ ਉਸ ਨੂੰ ਕ੍ਰਿਟੀਕਲੀ ਐਗਜ਼ਾਮਿਨ ਕਰੋ ਇੱਕ ਸਿਨੇਮਾ ਦੇ ਪੱਖੋਂ ਤਕਨੀਕੀ ਪੱਖੋਂ ਫਿਲਮ ਦੇ ਵਿੱਚ ਕਮੀਆਂ ਖਾਮੀਆਂ ਜ਼ਰੂਰਤ ਨਾਲੋਂ ਜ਼ਿਆਦਾ ਵਾਇਲੈਂਸ ਵਗੈਰਾ ਇਹ ਸਾਰੀ ਚੀਜ਼ਾਂ ਬਾਤਾਂ ਜ਼ਰੂਰ ਗੱਲਾਂ ਬਾਤਾਂ ਜ਼ਰੂਰ ਨੇ ਲੇਕਿਨ ਫਿਲਮ ਦਾ ਜਿਹੜਾ ਸਬਜੈਕਟ ਹੈ ਤੇ ਫਿਲਮ ਦੀ ਜਿਹੜੀ ਡੈਪਥ ਹੈ ਮੈਸੇਜ ਹੈ ਉਸ ਨੂੰ ਇੱਕ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਡੀਲ ਕੀਤਾ ਗਿਆ ਹੈ ਜੋ ਕਿ ਇੱਕ ਸਿਨੇਮਾ ਦੇ ਵਿੱਚ ਐਕਸਪੈਕਟ ਕੀਤਾ ਜਾਂਦਾ ਹੈ ਇਸ ਤਰੀਕੇ ਦਾ ਸਿਨੇਮਾ ਦੇਸ਼ ਦੇ ਵਿੱਚ ਹੋਰ ਵੀ ਬਣਨਾ ਚਾਹੀਦਾ ਹੈ ਉਹ ਆਪਾਸ ਕਰਦੇ ਆ ਕਿ ਹੋਰ ਬਹੁਤ ਸੈਂਸਿਟਿਵ ਸਬਜੈਕਟਸ ਨੂੰ ਡੀਲ ਕਰਨ ਵਾਲੇ ਡਾਇਰੈਕਟਰ ਤੇ ਨਿਰਮਾਤਾ ਜਿਹੜੇ ਹੈਗੇ ਨੇ ਉਹ ਵੀ ਅੱਗੇ ਆਉਣ ਤੇ ਹੋਰ ਵਿਸ਼ਿਆਂ ਦੇ ਉੱਤੇ ਵੀ ਫਿਲਮਾਂ ਬਣਾਉਣ ਤੇ ਇਹ ਜਿਹੜੇ ਸਾਡੇ ਪੋਲੀਟਿਸ਼ੀਅਨ ਨੇ ਕਿਰਪਾ ਕਰਕੇ ਸਾਡੇ ਇਸ ਕ੍ਰੀਏਟਿਵ ਵਰਲਡ ਤੋਂ ਇਸ ਸਿਨੇਮਾ ਜਗਤ ਤੋਂ ਦੂਰ ਰਹਿ ਜਿੰਨਾ ਲੋਕ ਦੂਰ ਰਹਿਣਗੇ ਉਹਨੇ ਹੀ ਸਾਡੇ ਸਿਨੇਮਾ ਜਾਂ ਫਿਲਮ ਮੇਕਰ ਜਿਹੜੇ ਹੈਗੇ ਨੇ ਉਹ ਬਿਹਤਰ ਰਹਿਣਗੇ ਉਹਨਾਂ ਨੂੰ ਇਹਨਾਂ ਵਿਵਾਦਾਂ ਦੇ ਇਹਨਾਂ ਪੋਲਿਟਿਕਸ ਦੇ ਵਿੱਚ ਪੈਣ ਦੀ ਕੋਈ ਲੋੜ ਨਹੀਂ ਹੈਗੀ ਐ ਇਹ ਬਿਲਕੁਲ ਨੀਡਲੈਸ ਕੰਟਰੋਵਰਸਿਸ ਨੇ ਜੋ ਕਿ ਡਾਇਰੈਕਟਰਸ ਨੂੰ ਵੀ ਫਿਲਮ ਮੇਕਰਸ ਨੂੰ ਵੀ ਸਾਡੇ ਕ੍ਰੀਏਟਿਵ ਲੋਕਾਂ ਨੂੰ ਵੀ ਖਾਮ-ਖਾਮ ਪਰੇਸ਼ਾਨ ਕਰਦੀ ਹੈ ਇਸੇ ਨੋਟ ਦੇ ਉੱਤੇ ਮੈਂ ਤੁਹਾਡੀ ਫੀਡਬੈਕ ਦੀ ਆਸ ਕਰਾਂਗਾ ਐਕਸਪੈਕਟ ਕਰਾਂਗਾ ਕਿ ਤੁਸੀਂ ਫੀਡਬੈਕ ਜ਼ਰੂਰ ਦਿਓ ਚਿੱਟੀ ਸਿੰਘਪੁਰਾ ਦੀ ਘਟਨਾ ਨੂੰ ਮੈਂ ਬਹੁਤ ਹੀ ਸੰਖੇਪ ਦੇ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਜਿਵੇਂ ਮੈਂ ਇਸ ਵਾਸਤੇ ਜ਼ਿਕਰ ਕੀਤਾ ਹੈ ਕਿਉਂਕਿ ਇਸ ਦਾ ਪੂਰਾ ਦਾ ਪੂਰਾ ਵੇਰਵਾ ਮੈਂ ਆਪਣੀ ਪਿਛਲੀ ਰਿਪੋਰਟ ਵਿੱਚ ਦਿੱਤਾ ਸੀ ਤੁਸੀਂ ਉਸ ਰਿਪੋਰਟ ਨੂੰ ਰੈਫਰ ਬੈਕ ਕਰ ਸਕਦੇ ਹੋ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦੇ ਦਾਂਗਾ ਸਜੈਸਟਿਡ ਵੀਡੀਓ ਦੇ ਵਿੱਚ ਇਸ ਰਿਪੋਰਟ ਦੇ ਵਿੱਚ ਵੀ ਉਹਦਾ ਲਿੰਕ ਜ਼ਰੂਰ ਪਾਵਾਂਗਾ ਆਸ ਕਰਦਾ ਕਿ ਇਹ ਰਿਪੋਰਟ ਗੱਲਬਾਤ ਠੀਕ ਲੱਗੀ ਹੋਵੇਗੀ ਬਾਕੀ ਆਪਣੀ ਕਸ਼ਮੀਰ ਫਾਈਲਸ ਬਾਰੇ ਕ੍ਰਿਟੀਕਲ ਚੰਗੀ ਮਾੜੀ ਜੋ ਵੀ رائے ਹੈ ਉਸ ਨੂੰ